ਸਬਸਕ੍ਰਾਈਬ ਕਰਕੇ ਨਾਲ ਇੱਕ ਬੈਲ ਵਾਲਾ ਆਈਕਨ ਆਂਦਾ ਹੋਇਆ ਕਰੋ ਜਰੂਰ ਪ੍ਰੈਸ ਕਰਦੇ ਹੋ ਨਾਲ ਵੀਡੀਓ ਨੂੰ ਲਾਈਕ ਵੀ ਜਰੂਰ ਕਰਦੇ ਹੋ ਸੋ ਮੈਂ ਵਿਰਿੰਦਰ ਸਿੰਘ ਸਵਾਦ ਕਰਦਾ ਹਾਂ ਸਭ ਜੀ ਤੁਹਾਡੇ ਆਪਣੇ ਬੀਬੀ ਕੇ ਚੈਨਲ ਉੱਤੇ ਸੋ ਸਾਡੀ ਲਾਸਟ ਵੀਡੀਓ ਵਿੱਚ ਇੱਕ ਪੇਜ ਰਹਿ ਗਿਆ ਸਿੱਖ ਪੇਜ ਮਿਸਿੰਗ ਸੀ ਜਿਹੜਾ ਕਿ ਬਾਸਾਂ ਦੱਸਿਆ ਗਿਆ ਸਾਡੇ ਕਾਫੀ ਜਿਹੜੇ ਸਟੂਡੈਂਟਸ ਨੇ ਜਿਹੜੇ ਪੜਦੇ ਫਿਰ ਉਹਨਾਂ ਵੱਲੋਂ ਮੈਸੇਜ ਆਇਆ ਸੀ ਮੈਂ ਉਸ ਸਪੇਸ ਨੂੰ ਅੱਜ ਦੀ ਵੀਡੀਓ ਵਿੱਚ ਕਵਰ ਨਹੀਂ ਕਰ ਪਾਵਾਂਗਾ ਪਰ ਨੈਕਸਟ ਵੀਡੀਓ ਵਿੱਚ ਉਹਨੂੰ ਜਰੂਰ ਕਵਰ ਕਰਦਾ ਹਾਂਗਾ ਸੋ ਚਲੋ ਸ਼ੁਰੂ ਕਰਦੇ ਹਾਂ ਆਪਣੀ ਫ੍ਰੀ ਵੀਡੀਓ ਪਤੰਤੇ ਸੀ ਇਨ ਪੰਜਾਬੀ ਸੋ ਜਿਵੇਂ 72 ਨੰਬਰ ਪੇ ਸੋ ਸ਼ੁਰੂ ਕਰਦੇ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਕੰਟਰੋਲੀ ਦਾ effettuare prima della partenza su un veicolo per trasporto cose ਮਤਲਬ ਕਿ ਜਿਹੜਾ ਆਪਾਂ ਕੰਟਰੋਲ ਕਰਨਾ ਹੁੰਦਾ ਜਿਹੜਾ ਆਪਾਂ ਚੈੱਕ ਕਰਨਾ ਹੁੰਦਾ ਤੁਰੰਤ ਤੋਂ ਪਹਿਲਾਂ ਆਪਣਾ ਜਿਹੜਾ ਆਪਣਾ ਸਫ਼ਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੱਡੀ ਦੇ ਜਿਹੜਾ ਸਮਾਨ ਲੱਦਿਆ ਉਹਦੇ ਬਾਰੇ ਠੀਕ ਹੈ ਟ੍ਰਾਂਸਪੋਰਟੋ ਖੋਜ਼ੇ ਓਕੇ ਸੋ ਵਦਦੇ ਆਪਾਂ ਪਹਿਲੇ ਸਵਾਲ ਤੇ ਕੀ ਕਹਿੰਦਾ ਤੁਰੰਤ ਤੋਂ ਪਹਿਲਾਂ ਕਹਿੰਦਾ ਡਰਾਈਵਰ ਨੂੰ ਦੇਵੇ ਇਸ ਗੁਇਰੇ ਇਲ ਕੰਟਰੋਲੋ ਆਵਿਓ ਚੈੱਕ ਕਰਨਾ ਚਾਹੀਦਾ ਜਿਹੜੇ ਕੰਟਰੋਲ ਨੇ ਨੂੰ ਸ਼ੁਰੂ ਕਰਨਾ ਚਾਹੀਦਾ ਮਤਲਬ ਜਿੰਨੇ ਵੀ ਚੈੱਕ ਕਰਨਾ ਹੁੰਦਾ ਆਪਾਂ ਸਾਰਾ ਕੁਝ ਸਹੀ ਹੈ ਕਿ ਨਹੀਂ ਉਹ ਆਪਾਂ ਨੂੰ ਸ਼ੁਰੂ ਕਰਨਾ ਚਾਹੀਦਾ ਦਲ ਐਫੀਸ਼ੀਐਂਸਾ ਦੇ ਸਿਸਟੇਮੀ ਦੀ ਕਾਰੀਕੋ ਐਸ ਕਾਰੀਕੋ ਦਲੇ ਮਰਚੇ ਕਹਿੰਦਾ ਸਮਾਨ ਨੂੰ ਲੋਡ ਕਰਨ ਵਾਲੇ ਤੇ ਅਨਲੋਡ ਕਰਨ ਵਾਲੇ ਸਮਾਨ ਨੂੰ ਚੜਾਉਣ ਵਾਲੇ ਤੇ ਉਤਾਰਨ ਵਾਲੇ ਜਿਹੜੇ ਵੀ ਸਿਸਟਮ ਨੇ ਉਹਨਾਂ ਸਾਰਿਆਂ ਨੂੰ ਚੈੱਕ ਕਰਨਾ ਚਾਹੀਦਾ ਵੀ ਉਹ ਸਹੀ ਤਰੀਕੇ ਨਾਲ ਕੰਮ ਕਰਦੇ ਪਏ ਨੇ ਕਿ ਨਹੀਂ ਇਹ ਡਰਾਈਵਰ ਨੂੰ ਚੈੱਕ ਕਰਨਾ ਚਾਹੀਦਾ ਵੇਰੋ ਅੱਗੇ ਕਹਿੰਦਾ ਕੰਟਰੋਲ ਉਹ ਕਰਨਾ ਚਾਹੀਦਾ ਚੈੱਕ ਕਰਨਾ ਚਾਹੀਦਾ ਦਿਲ ਪਰਫੈਕਟੋ ਅਮਰ ਰਾਜੋ ਦੀ ਤੁੱਤੇ ਲੇ ਪਾਰਟੀ ਦਲ ਕਾਰੀ ਕੋ ਬਿਸਮਾਨ ਜਿੱਥੇ ਜਿੱਥੇ ਵੀ ਰੱਖਿਆ ਹੋਇਆ ਉਹਨਾਂ ਇਕੱਲੇ ਇਕੱਲੇ ਨੂੰ ਚੈੱਕ ਕਰਨਾ ਜਾ ਕੇ ਵੀ ਸਭ ਕੁਝ ਠੀਕ ਹੈ ਜਾਂ ਨਹੀਂ ਹੈਗਾ ਵੀ ਸਹੀ ਤਰੀਕੇ ਨਾਲ ਸਮਾਨ ਆਪਣਾ ਰੱਖਿਆ ਹੋਇਆ ਆਪਾਂ ਨੂੰ ਚੈੱਕ ਕਰਨਾ ਚਾਹੀਦਾ ਵੇਰੋ ਦੇਵੇ ਐਸਰੇ ਚੇਅਰ ਤੋਂ ਵੀ ਪੱਕਾ ਹੋਣਾ ਚਾਹੀਦਾ ਸ਼ੋਰ ਹੋਣਾ ਚਾਹੀਦਾ ਦੀ ਨੋਨ ਐਸਰੇ ਇਨ ਕੰਡੀਸ਼ਨੀ ਦੀ ਸਵਰਾ ਕਾਰੀ ਕੋ ਵੀ ਤੁਹਾਡੀ ਗੱਡੀ ਓਵਰਲੋਡ ਨਹੀਂ ਹੋਈ ਹੈ ਤੁਹਾਨੂੰ ਚੈੱਕ ਕਰਨਾ ਚਾਹੀਦਾ ਸ਼ੋਰ ਕਰਨਾ ਚਾਹੀਦਾ ਵੇਰੋ ਦੇਵੇ ਐਸਰੇ ਚੇਅਰ ਤੋਂ ਦੀ ਨੋਨ ਐਸਰੇ ਇਨ ਕੰਡੀਸ਼ਨੇ ਦੀ ਸੋਵਰਾਕਾਰੀ ਕੋ ਮਤਲਬ ਕਿ ਗੱਡੀ ਓਵਰਲੋਡ ਨਾ ਹੋਈ ਹੋਵੇ ਇਸ ਤੱਕ ਸਹੀ ਸੀ ਕਿ ਕਹਿੰਦਾ ਦੀ ਓਲ ਥਰੇ ਚਿੰਗ ਵੇ ਪਰਚੇਂਜ ਤੋਂ ਦਲਾ ਪੁਰਤਾਤਾ ਜਿਹੜਾ ਪੁਰਤਾਤਾ ਵਾਲਾ ਜਿਹੜਾ ਭਾਰ ਹੈ ਉਹਦੇ ਤੋਂ ਲੈ ਕੇ 5% ਜ਼ਿਆਦਾ ਨਾ ਹੋਵੇ ਫਾਲਸੋ ਆਪਾਂ ਨੂੰ ਆਪਣੀ ਲਿਮਟ ਵਿੱਚ ਰਹਿਣਾ ਹੁੰਦਾ 5% ਜ਼ਿਆਦਾ ਹੋ ਗਿਆ ਤੇ ਆਬਵੀਅਸਲੀ ਆਪਾਂ ਆਪਣੀ ਜਿਹੜੀ ਲਿਮਟ ਹੈ ਉਹਨੂੰ ਕ੍ਰੋਸ ਕਰ ਜਾਾਂਗੇ ਠੀਕ ਹੈ ਜੀ ਸੋ ਫਾਲਸੋ ਹੋ ਜਾਂਦਾ ਨੋਨ ਆ ਲੋਬਲੀਗੋ ਦੀ ਵੈਰੀਫਿਕਾਰੇ ਕਿ ਇਵੈਂਟੁਅਲੀ ਕੋਪਰਟੂਰੇ ਦਲ ਕਾਰਿਕੋ ਸਿਆਨੋ ਇੰਟੇਗਰੇ ਇਹ ਬੈਨਫਿਟਸ ਆਤੇ ਕਹਿੰਦਾ ਨੋ ਨਾਬਲੀਗੋ ਵੀ ਹੋਤੇ ਤੇ ਜ਼ਰੂਰੀ ਨਹੀਂ ਹੈਗਾ ਵੀ ਵੈਰੀਫਾਈ ਕਰੇ ਕਰੇ ਵੀ ਚੈੱਕ ਕਰੇ ਕਿ ਕਿਸੇ ਵੀ ਤਰੀਕੇ ਦੇ ਜਿਹੜੇ ਆਪਣੇ ਕਵਰ ਹੁੰਦੇ ਨੇ ਕੋਪਰ ਤੂਰੇ ਹੁੰਦੇ ਨੇ ਆਪਣੇ ਲੋਡ ਦੇ ਜਿਹੜਾ ਵੀ ਤਰਪਾਲ ਆਪਾਂ ਪਾਣੇ ਆਪਣੀ ਗੱਡੀ ਉੱਤੇ ਉਹ ਸਹੀ ਤਰੀਕੇ ਨਾਲ ਲੱਗੇ ਹੋਣ ਸਹੀ ਤਰੀਕੇ ਨਾਲ ਫਿਕਸ ਕੀਤੇ ਹੋਣ ਇੰਦਾ ਕਹਿੰਦਾ ਓਬਲੀਗੋ ਨਹੀਂ ਹੈਗਾ ਫਾਲਸੋ ਇਹਦਾ ਓਬਲੀਗੋ ਹੈਗਾ ਜਿਹੜੇ ਆਪਣੀ ਕਵਰ ਹੁੰਦੇ ਨੇ ਤੇ ਕੋਪਰ ਤੂਰੇ ਹੁੰਦੇ ਨੇ ਚੈੱਕ ਕਰਨਾ ਚਾਹੀਦਾ ਕਿ ਸਹੀ ਤਰੀਕੇ ਨਾਲ ਫਿਕਸ ਹੋਏ ਨੇ ਕਿ ਨਹੀਂ ਹੋਏ 372 ਕੰਪਲੀਟ 373 ਨੰਬਰ ਪੇਜ ਉਜੋ ਐ ਰੈਗੂਲਾਜ਼ਿਓਨੇ ਦੇਈ ਸਪੇਕੀ ਰੈਟਰੋਵਿਜ਼ੋਰੀ ਪਿੱਛੇ ਵੇਖਣ ਵਾਲੇ ਸ਼ੀਸ਼ਿਆਂ ਦੀ ਵਰਤੋਂ ਤੇ ਉਹਨਾਂ ਨੂੰ ਸੈੱਟ ਕਰਨਾ ਠੀਕ ਹੈ ਇਹਦੇ ਬਾਰੇ ਵੇਖਾਂਗੇ ਉਦੋਂ ਪਹਿਲੇ ਸਵਾਲ ਤੇ ਐਓਪੋਰਟੂਨੋ ਕੇ ਇਲ ਕੋਂਡੂਚੈਂਤੇ ਵੇਰੀਫਿਕੀ ਪ੍ਰੀਮਾ ਦੀ ਓਨੀ ਵਿਆਜੋ ਲਾ ਪੋਜੀਜ਼ਿਓਨੇ ਪੁਲੀਜ਼ੀਆ ਐ ਸਟਾਟੋ ਜੇਨਰਾਲੇ ਦੇਲੀ ਸਪੇਕੀ ਰੈਟਰੋਵਿਜ਼ੋਰੀ ਦਲ ਵੇਈਕੋਲੋ ਸੋ ਕਹਿੰਦਾ ਵੀ ਸਹੀ ਰਹੇਗਾ ਕਿ ਡਰਾਈਵਰ ਚੈੱਕ ਕਰੇ ਪ੍ਰੀਮਾ ਦੀ ਓਨੀ ਵਿਆਜੋ ਹਰ ਇੱਕ ਸਫਰ ਤੋਂ ਪਹਿਲਾਂ ਪੋਜੀਸ਼ਨ ਸਫਾਈ ਸਟਾਟੋ ਜਨਰਲੇ ਵਿਜਰਾ ਉਹਦਾ ਨੋਰਮਲ ਜਿਹੜਾ ਜਨਰਲ ਉਹਦੀ ਸਟੇਟ ਹੋਣੀ ਚਾਹੀਦੀ ਹੈ ਵੀ ਸ਼ੀਸ਼ਾ ਕੋਈ ਖਰਾਬ ਨਹੀਂ ਹੋਇਆ ਕ੍ਰੈਕ ਨਹੀਂ ਹੋਇਆ ਸਭ ਕੁਝ ਜਿਹੜਾ ਆਪਾਂ ਚੈੱਕ ਕਰਨਾ ਹੁੰਦਾ ਹੈ ਇਹ ਸਾਰਾ ਕੁਝ ਆਪਾਂ ਚੈੱਕ ਕਰਨਾ ਚਾਹੀਦਾ ਆਪਣੇ ਸਪੈਕੀ ਰੈਟਰੋਵਿਜ਼ਰੀ ਦਾ ਸਾਫ਼ ਹੁਣ ਤੇ ਉਹਨਾਂ ਦੀ ਪੋਜੀਸ਼ਨ ਸਹੀ ਹੋਵੇ ਠੀਕ ਹੈ ਜੀ ਵੇਰੋ ਆਂਕੇ ਸੇ ਲਿਸਪੈਕੀ ਰੈਟਰੋਵਿਜ਼ੋਰੀ ਸੋਨ ਬੈਨ ਰੈਗੂਲਾਤੀ ਐਜ਼ਿਸਟੋਨੋ ਪਾਰਟੀ ਡੇਲਾ ਸਟਰਾਡਾ ਕਿ ਕੋਂਡੂਚੈਂਤੇ ਨੋਨ ਰੀਏਜੇ ਆ ਵੇਦੇਰੇ ਸੋ ਕਹਿੰਦਾ ਭਾਵੇਂ ਸ਼ੀਸ਼ੇ ਸਹੀ ਤਰੀਕੇ ਨਾਲ ਰੈਗੂਲੇਟ ਕੀਤੇ ਹੋਣ ਤਾਵੇਂ ਕਹਿੰਦਾ ਐਸੇ ਹਿੱਸੇ ਹੁੰਦੇ ਨੇ ਸੜਕ ਦੇ ਜਿੱਥੇ ਡਰਾਈਵਰ ਨਹੀਂ ਦੇਖ ਸਕਦਾ ਨੋਨ ਰੀਐਸ਼ੀਆ ਵੀ ਦੇਖ ਰਹੀ ਉਹਥੇ ਨਹੀਂ ਦੇਖ ਸਕਦਾ ਠੀਕ ਹੈ ਜੀ ਸੋ ਐ ਮੈਂ ਸ਼ੁਰੂਆਤੀ ਵੀਡੀਓ ਵਿੱਚ ਦੱਸਿਆ ਸੀ ਕੀ ਕਹਿੰਦੇ ਇਹਨੂੰ ਕਮੈਂਟਾਂ 'ਚ ਲਿਖ ਕੇ ਮੈਨੂੰ ਜਰੂਰ ਦੱਸਿਓ ਕਿ ਉਸ ਹਿੱਸੇ ਨੂੰ ਕੀ ਕਿਹਾ ਜਾਂਦਾ ਹੈ ਦੇਖ ਲੈਣਾ ਕਿੰਨਾ ਖਿਆਤ ਤੁਹਾਨੂੰ ਜਿਹੜੇ ਜਗ੍ਹਾ ਤੇ ਡਰਾਈਵਰ ਨਹੀਂ ਦੇਖ ਸਕਦਾ ਉਸ ਹਿੱਸੇ ਨੂੰ ਕੀ ਕਿਹਾ ਜਾਂਦਾ ਮੈਨੂੰ ਕਮੈਂਟਾਂ ਵਿੱਚ ਲਿਖ ਕੇ ਦੱਸਿਓ ਸੋ ਵੇਰੋ ਐਸੀ ਅੱਗੇ ਵਧਿਆ ਵੀ ਸੁਨੋ ਪਾਰਟੀ ਦਲਾ strada che il conducente riesce a vedere direttamente e altre che può vedere solo di riflesso ਅਤਰਾਵਰਸੋ ਲੀ ਸਪੇਕੀ ਰੈਟਰੋਵਿਜ਼ੋਰੀ ਕਹਿੰਦਾ ਐਸੇ ਹਿੱਸੇ ਹੁੰਦੇ ਨੇ ਸੜਕ ਤੇ ਡਰਾਈਵਰ ਜਿੱਥੇ ਦੇਖ ਸਕਦਾ ਹੈ ਡਾਇਰੈਕਟਲੀ ਮਤਲਬ ਆਪਣੀ ਅੱਖਾਂ ਨਾਲ ਦੇਖ ਸਕਦਾ ਹੈ ਤੇ ਦੂਸਰੇ ਹਿੱਸੇ ਹੁੰਦੇ ਨੇ ਜਿਨ੍ਹਾਂ ਨੂੰ ਸਿਰਫ ਦੇਖਿਆ ਜਾ ਸਕਦਾ ਹੈ ਰਿਫਲੈਕਸ਼ਨ ਦੇ ਥਰੂ ਮਤਲਬ ਜਿਹੜੇ ਆਪਣਾ ਸ਼ੀਸ਼ਾ ਰਾਹੀਂ ਆਪਾਂ ਦੇਖਦੇ ਹਾਂ ਉਹਨੂੰ ਕਿਹਾ ਜਾਂਦਾ ਰਿਫਲੈਕਸੋਵੀਓ ਕਿਉਂਕਿ ਉਹ ਰਿਫਲੈਕਸ਼ਨ ਹੁੰਦੀ ਹੈ ਕਿਸੇ ਚੀਜ਼ ਦੀ ਸੋ ਕਹਿੰਦਾ ਨੂੰ ਆਪਾਂ ਰਿਫਲੈਕਸ਼ਨ ਰਾਹੀਂ ਦੇਖ ਸਕਦੇ ਹਾਂ ਇੱਕ ਹੁੰਦਾ ਜ਼ਿਰਾਤ ਤੋਂ ਤੇ ਇੱਕ ਹੁੰਦਾ ਜਿਹੜਾ ਰਿਫਲੈਕਸ਼ਨ ਵਾਲਾ ਹੁੰਦਾ So vero è vi a che anda se listve che retrovisori sono ben regolati non esistono parti della strada che i conducenti non possano vedere so falso ogobviously che anda vi je kehanda shisha set lagge je kar kehanda shisha set lagge ne te koi vi aisa hissa nahi hunda jithe driver nahi dekh sakda theek hai so falso hai na kyunki obviously kai assi jagah hundian jithe driver nahi dekh sakda so falso se listve che retrovisori ti un lato sono sporchi o danneggiati non vi sono pericoli se quelli dall'altro lato sono ਇਨ ਪਰਫੈਕਟ ਔਰਡਰ ਨੇ ਕਹਿੰਦਾ ਜੇਕਰ ਇੱਕ ਸਾਈਡ ਦਾ ਸ਼ੀਸ਼ਾ ਆਪਣਾ ਖਰਾਬ ਹੋ ਗਿਆ ਟੁੱਟ ਗਿਆ ਜਾਂ ਗੰਦਾ ਜਾਂ ਕੁਝ ਵੀ ਹੈ ਤੇ ਕਹਿੰਦਾ ਤਾਂ ਵੀ ਕਹਿੰਦਾ ਕੋਈ ਖਤਰਾ ਨਹੀਂ ਹੈਗਾ ਜੇਕਰ ਦੂਸਰੀ ਸਾਈਡ ਵਾਲਾ ਸ਼ੀਸ਼ਾ ਆਪਣਾ ਸਹੀ ਆ ਸੋ ਫਾਲਸ ਹੋ ਆਪਣੇ ਦੋਨੋਂ ਸਾਈਡ ਦੇ ਸਹੀ ਹੋਣੇ ਚਾਹੀਦੇ ਨੇ ਕਿਉਂਕਿ ਇੱਕ ਨੇ ਆਪਾਂ ਨੂੰ ਸੱਜੇ ਪਾਸੇ ਵਿਖਾਣਾ ਇੱਕ ਨੇ ਆਪਾਂ ਨੂੰ ਖੱਬੇ ਪਾਸੇ ਵਿਖਾਣਾ ਆਬਵੀਅਸਲੀ ਫਾਲਸ ਹੋ ਇਸਪੈਕੀ ਰੈਟਰੋਵਿਜ਼ੋਰੀ ਪੋਸਟ ਨੋ ਐਸਰੇ ਇੰਟੈਗਰਲਮੈਂਟ ਸੋਸਟੀਟੂਇਟੀ ਦਾ ਟੈਲੀਕਾਮੇਰਾ ਓਪਰਟੂਨਾਮੈਂਟ ਦਿਸਪੋਸਟੇ ਕਹਿੰਦਾ ਜਿਹੜੇ ਆਪਣੇ ਸ਼ੀਸ਼ੇ ਹੁੰਦੇ ਨੇ ਪਿੱਛੇ ਵੇਖਣ ਵਾਲੇ ਉਹਨਾਂ ਨੂੰ ਤੇਲੇ ਕੈਮਰੇ ਨਾਲ ਬਦਲਿਆ ਜਾ ਸਕਦਾ ਆਪਣੇ ਕੈਮਰੇ ਨਾਲ ਬਦਲਿਆ ਜਾ ਸਕਦਾ ਫਾਲਸੋ ਸ਼ੀਸ਼ਾ ਦਾ ਕੰਮ ਹੋਰ ਹੁੰਦਾ ਹੈ ਕੈਮਰੇ ਦਾ ਕੰਮ ਹੋਰ ਹੁੰਦਾ ਠੀਕ ਹੈ ਜੀ ਸੋ ਓਬਵੀਅਸਲੀ ਫਾਲਸੋ ਹੀ ਜਾਏਗਾ 73 ਕੰਪਲੀਟ ਬਦਿਆਂ 74 ਤੇ ਸੋ ਮਾਨੂ ਟੈਂਸਿਓਨੇ ਔਰਡਿਨਾਰੀਆ ਮਤਲਬ ਕਿ ਆਪਣੀ ਜਿਹੜੀ ਸਰਵਿਸ ਹੁੰਦੀ ਗੱਡੀ ਦੀ ਉਹਦੇ ਬਾਰੇ ਗੱਲ ਕਰਾਂਗੇ ਮੇਨਟੇਨੈਂਸ ਜਿੰਨੀ ਵੀ ਆਪਾਂ ਕਰਾਣੀ ਹੁੰਦੀ ਗੱਡੀ ਦੀ ਸੋ ਕਹਿੰਦਾ ਲ ਮਾਨੂ ਟੈਂਸਿਓਨੇ ਆ allo scopo di consentire lo svolgimento del servizio di trasporto in condizioni di sicurezza e regolarità ਜੇਰਾ ਮੇਨਟੇਨੈਂਸ ਹੁੰਦੀ ਹੈ ਉਦਾਂ ਮਕਸਦ ਹੁੰਦਾ ਹੈ ਵੀ ਤਾਂ ਜੋ ਇਜਾਜ਼ਤ ਦਿੱਤੀ ਜਾ ਸਕੇ ਸਹੀ ਤਰੀਕੇ ਨਾਲ ਆਪਣੀ ਜਿਹੜੀ ਸਰਵਿਸ ਆ ਟਰਾਂਸਪੋਰਟ ਵਾਲੀ ਉਹਨੂੰ ਕਰਨ ਦੀ ਇਨ ਕੰਡੀਸ਼ਨੇ ਦੀ ਸਿਕੁਰੇਟੀ ਆ ਵੀ ਜਿਹੜੀ ਸਿਕਿਉਰ ਹੋ ਕੇ ਸਿਕਿਉਰਟੀ ਦੀ ਕੰਡੀਸ਼ਨਾਂ ਵਿੱਚ ਹੋਣ ਤੇ ਰੈਗੂਲਰਿਟੀ ਵਿੱਚ ਹੋਣ ਮਤਲਬ ਕਿ ਰੈਗੂਲਰ ਹੋਣ ਮਤਲਬ ਕਿ ਆਪਣੀ ਜਿਹੜੀ ਸਰਵਿਸ ਆ ਉਹ ਸੇਫ ਰਵੇ ਸਿਕਿਉਰ ਰਵੇ ਤੇ ਰੈਗੂਲਰ ਰਵੇ ਠੀਕ ਹੈ ਜੀ ਸੋ ਵੇਰੋ ਅਗਲਾ ਕਹਿੰਦਾ ਆਪਣਾ ਮਨ ਨੂੰ ਟੈਨਸ਼ਨ ਨਾ ਮਕਸਦ ਕੀਆ ਦੀ ਮੈਂਟੇਨਰੇ ਬਣਾਏ ਰੱਖੇਗਾ ਗੱਡੀ ਇਨਲ ਮਿਲੀਓ ਰਿਸਤਾ ਟੋ ਦੀ ਐਫੀਸ਼ੀਐਂਸਾ ਵੀ ਗੱਡੀ ਦੀ ਜਿਹੜੀ ਹਾਲਤ ਉਹਨੂੰ ਵਧੀਆ ਬਣਾ ਕੇ ਰੱਖਦਾ ਇਨ ਮੋਦ ਉਹਦਾ ਵੀ ਤਾਰੇ ਤਾਂ ਜੋ ਬਚਾਇਆ ਜਾ ਸਕੇ ਇਨ ਤੇ ਰੂਚਿਓਨੀ ਦਲ ਸਰਵਿਸਿਓ ਆਪਣੀ ਸਫਰ ਵਿੱਚ ਰੁਕਾਵਟ ਨੂੰ ਰੋਕਿਆ ਜਾ ਸਕੇ ਜਿਹੜੀ ਆਪਣੀ ਗੱਡੀ ਦੇ ਖਰਾਬ ਹੋਣ ਕਰਕੇ ਹੁੰਦੀ ਆ ਮਤਲਬ ਕਿ ਜੇਕਰ ਆਪਾਂ ਗੱਡੀ ਦੀ ਸਰਵਿਸ ਵਗੈਰਾ ਨਹੀਂ ਕਰਾਵਾਂਗੇ ਤੇ ਆਪਾਂ ਨੂੰ ਕੀ ਹੋਏਗਾ ਆਪਣੀ ਗੱਡੀ ਖੜ ਜੇਗੀ ਰਸਤੇ ਵਿੱਚ ਕਿਹਦੇ ਕਰਕੇ ਗਵਾਸਤੀ ਕਰਕੇ ਕਿਸ ਤਰੀਕੇ ਦੀ ਕੋਈ ਖਰਾਬੀ ਆ ਗਈ ਜਿਸ ਕਰਕੇ ਆਪਣੀ ਗੱਡੀ ਖੜ ਗਈ ਸੋ ਉਹਦੇ ਲਈ ਕਹਿੰਦਾ ਉਹਨਾਂ ਤੋਂ ਬਚਣ ਲਈ ਕਹਿੰਦਾ ਆਪਾਂ ਨੂੰ ਆਪਣੀ ਮੈਂਟੇਨ ਸਕੋਪੋ ਡੈਲਾ ਮਾਨੂਟੈਂਜ਼ੀਓਨ ਓਰਡਿਨਾਰੀਆ ਐ ਐਨਕੀ ਕੋਲੋ ਦੀ ਰੈਂਡਰੀ ਇਲ ਵੇਈਕੋਲੋ ਮੈਨੋ ਰੂਮੋਰੋਸੋ ਮਤਲਬ ਕਿ ਗੱਡੀ ਘੱਟ ਰੋਲਾ ਪਾਵੇ ਐ ਇੱਕ ਮਕਸਦ ਹੁੰਦਾ ਆਪਣੀ ਮੇਨਟੇਨੈਂਸ ਦਾ ਠੀਕ ਹੈ ਜਿਹੜੀ ਗੱਡੀ ਦੀ ਮੇਨਟੇਨੈਂਸ ਕਰਾਣੇ ਹੁੰਦਾ ਮਕਸਦ ਹੈ ਕਿ ਘੱਟ ਰੋਲਾ ਪਾਵੇ ਠੀਕ ਹੈ ਅਗਲਾ ਕਹਿੰਦਾ ਇਲ ਵੇਈਕੋਲੋ ਮੈਨੋ ਇਨਕੁਇਨਾਂਤੇ ਮਤਲਬ ਕਿ ਘੱਟ ਪੋਲਿਊਸ਼ਨ ਕਰੇ ਠੀਕ ਹੈ ਸੋ ਫਿਰ ਹੋ ਜਾਏਗਾ ਵੀ ਪੋਲਿਊਸ਼ਨ ਵੀ ਘੱਟ ਕਰੇ ਤੇ ਰੋਲਾ ਵੀ ਘੱਟ ਕਰੇ ਤੇ ਅੱਗੇ ਕੀ ਕਹਿੰਦਾ ਲਿਮਿਟਾਰੇ ਕਰਦੇ ਮਤਲਬ ਕਿ ਘੱਟ ਕਰੇ ਆਪਣੇ ਖਰਚ ਨੂੰ ਸੋ ਉਹਨੂੰ ਵੀ ਲਿਮਟਿਡ ਕਰ ਦੇਗਾ ਜੇਕਰ ਟਾਈਮ ਟਾਈਮ ਤੇ ਆਪਣੀ ਮੇਨਟੇਨੈਂਸ ਕਰਾਈ ਜਾਏਗੀ ਵੇਰੋ ਲੇ ਪ੍ਰਿੰਸੀਪਾਲੀ ਓਪਰੇਸ਼ਨ ਦੀ ਮਨੂਤੈਂਸੀਓਨ ਆਰਡੀਨਾਰੀਆ ਕੇ ਦੇਵਨੋ ਐਸਰੇ ਫੇਟੂਆਤੇ ਸੁਲ ਵੇਹੀਕੁਲੋ ਸੋਨੋ ਤਰਾ ਲਾਲਟਰੋ ਇੰਡੀਕਾਤੇ ਸੁਲ ਲਿਬਰੇਟੋ ਦੀ ਉਜ਼ੋ ਐ ਮਨੂਤੈਂਸੀਓਨੇ ਜਿਹੜੇ ਵੀ ਆਪਾਂ ਮੇਨ ਕੰਮ ਕਰਨੇ ਹੁੰਦੇ ਨੇ ਆਪਣੇ ਮੇਨਟੇਨੈਂਸ ਲਈ ਦੇਵਰੋ ਇਸਰੇ ਫਿਤਵਾ ਤੇ ਸੂਲ ਵਹੀਕਲੋ ਜਿਹੜੇ ਵੀ ਆਪਰੇਸ਼ਨ ਆਪਾਂ ਗੱਡੀ ਤੇ ਕਰਨੇ ਆ ਮਤਲਬ ਜਿੰਨੇ ਵੀ ਕੰਮ ਆਪਾਂ ਗੱਡੀ ਦੀ ਮੇਨਟੇਨੈਂਸ ਲਈ ਕਰਨੇ ਆ ਗੱਡੀ ਉੱਤੇ ਸੋਨੋਤਰਾ ਲਾਲਤਰੋ ਇੰਦੀ ਕਾਤੇ ਉਹਨਾਂ ਨੂੰ ਇੰਡੀਕੇਟ ਕੀਤਾ ਗਿਆ ਹੁੰਦਾ ਲਿਬਰੇਤੋ ਇੱਕ ਕਿਤਾਬ ਤੇ ਜਿਹੜੀ ਕਿ ਹੁੰਦੀ ਆ ਉਜ਼ੋ ਐ ਮਾਨੂ ਟੈਂਸਿਓਨੇ ਇਸ ਕਿਤਾਬ ਉਤੇ ਲਿਖਿਆ ਹੁੰਦਾ ਠੀਕ ਹੈ ਜੀ ਸੋ ਵੇਰੋ ਧਿਆਨ ਰੱਖਿਓ ਤੇ ਚਰਕੁਲਾਸਿਓ ਨੇ ਕਰਤਾ ਚਰਕੁਲਾਸਿਓ ਨੇ ਤੇ ਅਸਾ ਕੁਝ ਨਹੀਂ ਲਿਖਿਆ ਹੁੰਦਾ ਸਿਰਫ ਉਜ਼ੇ ਮਾਨੂ ਟੈਂਸਿਓਨੇ ਵਾਲੀ ਕਿਤਾਬ ਤੇ ਹੀ ਆਪਾਂ ਨੂੰ ਮਿਲੇਗਾ ਵੇਰੋ ਲਿਸਕਾ ਕਿਲੋਮੀਟਰਾਜੋ ਪਰਕੋਰਸੋ ਓ ਅਲ ਟੈਂਪੋ ਤ੍ਰਾਸਕੋਰਸੋ ਦਲਾ ਪ੍ਰੈਸੀਡੈਂਤੇ ਮਾਨੂਤੈਂਸਿਓ ਜਿਹੜੇ ਸਕੇਡੈਂਸੀ ਹੁੰਦੀ ਐ ਜਿਹੜੀ ਐਕਸਪਾਇਰੀ ਡੇਟ ਹੁੰਦੀ ਐ ਜਿਹੜਾ ਆਪਣਾ ਵੈਰੀਫਾਈ ਕਰਨਾ ਹੁੰਦਾ ਜਿਹੜਾ ਆਪਾਂ ਚੈੱਕ ਕਰਾਣੀ ਹੁੰਦੀ ਆਪਣੀ ਗੱਡੀ ਨੂੰ ਮੇਨਟੇਨੈਂਸ ਜਿਹੜੀ ਕਰਾਣੀ ਹੁੰਦੀ ਆ ਉਹਨਾਂ ਨੂੰ ਆਮ ਤੌਰ ਤੇ ਕਿਹਦੇ ਨਾਲ ਸੈੱਟ ਕੀਤਾ ਜਾਂਦਾ ਕਿਲੋਮੀਟਰ ਦੇ ਹਿਸਾਬ ਨਾਲ ਸੈੱਟ ਕੀਤਾ ਜਾਂਦਾ ਤੇ ਕਿਹਦੇ ਨਾਲ ਸੈੱਟ ਕੀਤਾ ਜਾਂਦਾ ਟਾਈਮ ਨਾਲ ਠੀਕ ਹੈ ਟਾਈਮ ਤੇ ਕਿਲੋਮੀਟਰ ਦੋਨਾਂ ਨਾਲ ਸੈੱਟ ਕੀਤਾ ਜਾਂਦਾ ਜਿਹੜੀ ਆਪਾਂ ਪਿਛਲੀ ਮੇਨਟੇਨੈਂਸ ਕਰਾਈ ਸੀ ਮਤਲਬ ਕਿ ਜਿਵੇਂ ਤੁਸੀਂ ਐਸਐਲ ਮੇਨਟੇਨੈਂਸ ਕਰਾਈ ਤੇ ਉਸ ਤੋਂ ਅਗਲੇ ਸਾਲ ਵੀ ਕਿੰਨੇ ਕਿਲੋਮੀਟਰ ਚੱਲ ਗਏ ਆਪਣੀ ਕਿੰਨਾ ਟਾਈਮ ਹੋ ਗਿਆ ਉਸ ਮੇਨਟੇਨੈਂਸ ਕਰਾਏ ਨੂੰ ਉਹਦੇ ਤੇ ਡਿਪੈਂਡ ਕਰਦਾ ਵੀ ਆਪਾਂ ਅਗਲੀ ਮੇਨਟੇਨੈਂਸ ਕਦੋਂ ਕਰਾਉਣੀ ਆ ਠੀਕ ਹੈ ਜੀ ਸੋ ਵੀਰੋ scopo della manutenzione ordinaria è anche quella di poter aumentare le tariffe per il servizio ਕਹਿੰਦਾ ਮੇਨਟੇਨੈਂਸ ਦਾ ਮਕਸਦ ਹੁੰਦਾ ਵੀ ਜਿਹੜਾ ਆਪਣਾ ਟੈਰੀਫ ਹੁੰਦਾ ਜਿਹੜਾ ਆਪਾਂ ਨੂੰ ਖਰਚਾ ਪਾਣੀ ਮਿਲਦਾ ਕਹਿੰਦਾ ਉਹਨੂੰ ਵਧਾਇਆ ਜਾ ਸਕੇ ਠੀਕ ਹੈ ਟੈਰੀਫੇ ਪੈਰਲ ਸਰਵਿਸ ਸਿਓ ਮਤਲਬ ਕਿ ਜਿਹੜਾ ਆਪਣਾ ਖਰਚ ਆਇਆ ਹੁੰਦਾ ਉਹਨੂੰ ਵਧਾ ਦਿੰਦਾ ਯਾਰ ਠੀਕ ਹੈ ਸੋ ਫਾਲਸੋ ਐਸਾ ਕੁਝ ਨਹੀਂ ਹੈਗਾ ਲੇਕਿਨ ਨੋਰਮਲ ਚੀਜ਼ਾਂ ਮੈਂ ਉਹ ਟੈਂਸੀਓ ਨੇ ਜਿਹੜੀ ਆਪਾਂ ਕਰਾਣੀ ਹੀ ਕਰਾਣੀ ਹੈ ਗੱਡੀ ਲਈ ਅੱਗੇ ਕਹਿੰਦਾ ਦੀ ਓਟੇਨੇਰੇਸ ਗਰਾ ਵੀ ਫਿਜ਼ੀਕਲੀ ਸੋ ਇਹ ਕਹਿੰਦਾ ਵੀ ਵੀ ਓਟੇਨੇਰੇ ਤਾਂ ਜੋ ਹਾਸਿਲ ਕਰ ਸਕੀਏ ਇਸ ਗਰਾ ਵੀ ਇਸ ਗਰਾ ਵੀ ਹੁੰਦਾ ਆਪਣੇ ਟੈਕਸ ਤੋਂ ਛੂਟ ਟੈਕਸ ਤੋਂ ਛੂਟ ਮਿਲ Le principali operazioni di manutenzione ordinaria che devono essere effettuate sul veicolo sono indicate sul libretto di circolazione che libretto, male, jane, libretto di circolazione libretto di circolazione per ridurre al massimo i problemi di manutenzione il conducente deve cambiare marcia il meno possibile. ਕਹਿੰਦਾ ਤਾਂ ਜੋ ਘਟਾਏ ਜਾ ਸਕਣ ਕੋਈ ਵੀ ਫਲੋਰਮ ਜਿਹੜੀ ਹੁੰਦੀ ਆਪਣੀ ਮੇਨਟੇਨੈਂਸ ਨਾਲ ਰਿਲੇਟਡ ਉਹਨੂੰ ਘਟਾਉਣ ਲਈ ਡਰਾਈਵਰ ਨੂੰ ਚਾਹੀਦਾ ਕਿ ਉਹ ਗੇਰਾਂ ਨੂੰ ਘੱਟ ਬਦਲੇ ਫਾਲਸੋ ਐਸਾ ਕੁਝ ਨਹੀਂ ਹੈਗਾ ਲਿਸਕਾ ਦਿਨ ਸੇਦੀ tutte le verifiche manutentive sono coincidati con le revisioni periodiche di legge ਕਹਿੰਦੇ ਐਕਸਪਾਇਰੀ ਡੇਟ ਹੁੰਦੀ ਆਪਣੇ ਸਾਰੇ ਵੈਰੀਫਿਕੇਸ਼ਨ ਦੀ ਜਿਹੜੇ ਵੀ ਆਪਣੇ ਮੇਨਟੇਨੈਂਸ ਵਾਲੀ ਜਿਹੜੀ ਵੀ ਆਪਾਂ ਡੇਟ ਸੈੱਟ ਕੀਤੀ ਸੀ ਵੀ ਆਹ ਡੇਟ ਨੂੰ ਜਾਂ ਇਨੀ ਕਿਲੋਮੀਟਰ ਪਾ ਦਵਾਂਗਾ ਉਹ ਡੇਟ ਜੇਕਰ ਐਕਸਪਾਇਰ ਹੋ ਜੇ ਸੋਨੋ ਕੋਇਨਚਿਦਾਤੀ ਕੋਲੇ ਰੇਵਿਜ਼ਿਓਨੀ ਪੇਰੀਓਡਿਕੇ ਦੀ ਲੇਜੇ ਕਹਿੰਦਾ ਉਹ ਨਾਲ ਨਾਲ ਹੀ ਹੋਣਗੇ ਕੁਸਾਰੀ ਹੋਣਗੇ ਜਦੋਂ ਆਪਣੀ ਰੀਵਿਜ਼ਿਓਨੇ ਕਰਾਣੀ ਹੁੰਦੀ ਹੈ ਆਪਣੀ ਠੀਕ ਹੈ ਸੋ ਕਹਿੰਦਾ ਇਹ ਨਾਲ ਹੀ ਹੋਏਗੀ ਆਪਣੀ 1300 ਨੇ ਦੇ ਵੈਰੀਫਾਈ ਸੋ ਫਾਲਸੋ ਐਸਾ ਕੁਝ ਨਹੀਂ ਹੈਗਾ 374 ਕੰਪਲੀਟ 375 ਨੰਬਰ ਪੇਜ ਕੌਨਸੇ ਗੁਏਨ ਸੇ ਮਤਲਬ ਕਿ ਆਪਣੇ ਨਤੀਜੇ ਦੇਲੇ ਮੰਕਾਂਸੇ ਅਲੀ ਓਬਲਿਗੀ ਦੀ ਮਾਨੂਤੈਂਸ ਆਪਣੀ ਮੇਨਟੇਨੈਂਸ ਦੇ ਜਿਹੜੇ ਓਬਲਿਗੀ ਸੀ ਆਪਣਾ ਜਿਹੜਾ ਫਰਜ ਸੀ ਉਹਦੇ ਨਾ ਕੀਤੇ ਹੋਣ ਤੇ ਇਨਕਾਜ਼ੋ ਦੀ ਇਨਸੀਡੈਂਟ ਐਕਸੀਡੈਂਟ ਹੋਣ ਤੇ ਮਤਲਬ ਕਿ ਐਕਸੀਡੈਂਟ ਹੋ ਗਿਆ ਤੇ ਆਪਾਂ ਆਪਣੀ ਗੱਡੀ ਦੀ ਸਰਵਿਸ ਵਗੈਰਾ ਨਹੀਂ ਸੀ ਕਰਾਈ ਮੇਨਟੇਨੈਂਸ ਵਗੈਰਾ ਨਹੀਂ ਸੀ ਕਰਾਈ ਸੋ ਕਹਿੰਦਾ ਉਹਦੇ ਬਾਰੇ ਦੇਖਾਂਗੇ ਵੀ ਉਹਦੇ ਕੀ ਨਤੀਜੇ ਆਪਾਂ ਨੂੰ ਭੁਗਤਣੇ ਪੈ ਸਕਦੇ ਆ ਕੀ ਭੁਗਤਾਨ ਕਰਨਾ ਪੈ ਸਕਦਾ ਆਪਾਂ ਨੂੰ ਸੋ ਵੱਧੇ ਪਹਿਲੇ ਸਵਾਲ ਤੇ ਇਨ ਕਾਜ਼ੋ ਦਿਨ ਚੀ ਰੈਂਟੇ ਸਟ੍ਰਾਡਾਲੇ ਸੇ ਇੰਟਰਵੈਂਗਾ ਰਿਸਕੋਂਟਰਾਰੇ ਗ੍ਰਾਵੀ ਮਾਂਕਾਂਜ਼ੇ ਅਲੀ ਓਬਲੀਗੀ ਦੀ ਮਾਨੂਟੇਨਜ਼ਿਓਨੇ ਦਲ ਵੇਈਕੋਲੋ ਕੋ ਇਨਵੋਲਤੀ ਵੀਏ ਇਲ ਰਿਸਕਿਓ ਅਗਰਾਵਾਂਤੀ ਦੀ ਰਿਸਪੋਂਸਾਬਿਲਿਤਾ ਦੀ ਉਨ ਇਵੈਂਟੂਅਲੇ ਪ੍ਰੋਚੈਸੋ ਪੇਨਾਰੇ ਕਹਿੰਦਾ ਜੇਕਰ ਰੋਡ ਐਕਸੀਡੈਂ ਗ੍ਰੇਵੀ ਮੰਕਾਂਸੇ ਬੀ ਬੋਜ਼ਾ ਦਾ ਗੰਭੀਰ ਹਾਲਤ ਵਿੱਚ ਵੀ ਆਪਾਂ ਜਿਹੜੇ ਆਪਣੇ ਮੇਨਟੇਨੈਂਸ ਜਿਹੜੀ ਆਬਲੀਗੋਮੈਂਟ ਮਾਨੂ ਟੈਨਸ਼ਨ ਸੀ ਆਪਾਂ ਨਹੀਂ ਕਰਵਾਈ ਗੱਡੀ ਦੀ ਤੇ ਉਸ ਗੱਡੀ ਦਾ ਹੋ ਗਿਆ ਐਕਸੀਡੈਂਟ ਵੀ ਐਲ ਰਿਸਕਿਓ ਦੀ ਅਗਰਵਾਨਤੀ ਤੁਹਾਡੇ ਤੇ ਖਤਰਾ ਵੀ ਜਿਹੜਾ ਆਪਣਾ ਰਿਸਪੌਂਸਿਬਿਲਿਟੀ ਆਪੇ ਨਾਲ ਲਿਆ ਉਹ ਅਗਰਵਾਨਤੀ ਹੋ ਕੇ ਕੀ ਬਣ ਜਾਏਗੀ ਪ੍ਰੋਸੈਸੋ ਪੇਨਾਲੇ ਠੀਕ ਹੈ ਮਤਲਬ ਕਿ ਤੁਹਾਡੇ ਤੇ ਮੁਕਦਮਾ ਦਾਇਰ ਹੋ ਸਕਦਾ ਹੈ ਇੱਕ ਤਰਕੇ ਦਾ ਰਿਸਪੌਂਸਿਬਿਲਿਟੀ ਤੋਂ ਪੇਨਾਲੇ ਵਿੱਚ ਤੁਸੀਂ ਪਹੁੰਚ ਸਕਦੇ ਹੋ ਠੀਕ ਹੈ ਮੁਕਦਮਾ ਟਾਈਪ ਹੋ ਸਕਦਾ ਕੁਝ ਜੇਕਰ ਤੁਸੀਂ ਆਪਣੀ ਗੱਡੀ ਦੀ ਸਰਵਿਸ ਨਾ ਕਰਾਈ ਹੋਵੇ ਤੇ ਉਸ ਗੱਡੀ ਦੇ so, ovvero via il rischio di aggravanti di responsabilità civile anche se il conducente ha rispettato le norme di circolazione ਕਹਿੰਦਾ ਭਾਵੇਂ ਉਹਨੇ ਸਾਰੇ ਨਿਯਮ ਕਾਨੂੰਨ ਮੰਨੇ ਹੋਣ ਫਿਰ ਵੀ ਕਹਿੰਦਾ ਜਿਹੜੀ ਉਹਦੀ ਰਿਸਪੋਨਸਿਬਿਲਟੀ ਚਿਵੀ ਲੈ ਆ ਉਹਦੇ ਤੇ ਬਹੁਤ ਜ਼ਿਆਦਾ ਹਾਵੀ ਹੋ ਜੇਗੀ ਠੀਕ ਹੈ ਜੀ ਜੇਕਰ ਐਕਸੀਡੈਂਟ ਹੋ ਜਾਂਦਾ ਸੇਮ ਉੱਤੇ ਵਾਲਾ ਸੀ ਸਾਰਾ ਸਵਾਲ ਬਸ ਉਹ ਨੀਚੇ ਆ ਕੇ ਥੋੜਾ ਜਨਾ ਚੇਂਜ ਕੀਤਾ ਸੋ ਫਿਰ ਉਹ ਪੋ ਐਸਰ ਚਿਲ ਰਿਸਕ ਯੋ ਕੇ ਲਿੰਪਰੇਜ਼ਾ ਅਸਿਕੁਰਾਤਰੀਚੇ ਸੀ ਅਵਾਲਗਾ ਦਲ ਦਿਰੀਤੋ ਦੀ ਰਿਵਾਲਸਾ ਸੋ ਇੱਥੇ ਵੀ ਆਪਾਂ ਨੂੰ ਡਰਾਵਾ ਪਾਇਆ ਜਾਣ ਰਿਹਾ ਕਿ ਜੇਕਰ ਆਪਾਂ ਆਪਣੀ ਗੱਡੀ ਦੀ ਸਰਵਿਸ ਵਗੈਰਾ ਨਹੀਂ ਕਰਾਈ ਜਿਹੜੀ ਕਿ ਬਹੁਤ ਜ਼ਰੂਰੀ ਆ ਉਹ ਇਸੇ ਰਿਸਕ ਨੂੰ ਵੀ ਤੁਹਾਨੂੰ ਕਹਿੰਦਾ ਖਤਰਾ ਹੋ ਸਕਦਾ ਹੈ ਕਾਦਾ ਇੰਪ੍ਰੇਜ਼ਾ ਸਿਕੁਰਾ 3 ਛੇ ਦਾ ਮਤਲਬ ਕਿ ਜਿਹੜੇ ਤੁਹਾਡੇ ਇੰਸ਼ੋਰੈਂਸ ਕੰਪਨੀਆਂ ਉਹ ਤੁਹਾਨੂੰ ਜਿਹੜੀ ਦਿਰੇਤ ਤੋਂ ਸੀ ਜਿਹੜਾ ਤੁਹਾਡਾ ਹੱਕ ਸੀ ਮਤਲਬ ਕਿ ਜਿਹੜੇ ਤੁਹਾਨੂੰ ਫਾਇਦੇ ਮਿਲਦੇ ਸੀ ਅਸੀਕੁਰਾ ਸਿਓ ਨੇ ਉਹ ਸ਼ਾਇਦ ਨਾ ਮਿਲਣ ਉਹਨਾਂ ਤੁਹਾਨੂੰ ਬਾਹਰ ਕੱਢ ਦਿੱਤਾ ਜਾਵੇ ਠੀਕ ਹੈ ਸੋ ਇਹਦਾ ਖਤਰਾ ਹੋ ਸਕਦਾ ਸੋ ਵੇਰੋ ਸੇ ਵੇਗਨੋ ਰਿਸਕੋਨਟਰਾਰੇ ਗ੍ਰਾਵੀ ਮਾਂਕਾਂਜ਼ੇ ਦੇ ਓਬਲੀਗੋ ਦੀ ਮਾਨੂਟੈਂ ਕਹਿੰਦਾ ਤੁਹਾਨੂੰ ਕੋਦਮ ਅਰੈਸਟ ਵੀ ਕੀਤਾ ਜਾ ਸਕਦਾ ਹੈ ਤੁਹਾਡੇ ਤੇ ਖਤਰਾ ਹੈ ਜੇਕਰ ਤੁਸੀਂ ਐਕਸੀਡੈਂਟ ਕਰ ਦੋਗੇ ਨਹੀਂ ਜੀ ਐਸਾ ਕੋਈ ਖਤਰਾ ਨਹੀਂ ਹੈਗਾ ਵੀ ਤੁਹਾਨੂੰ ਅਰੈਸਟ ਕਰ ਦਿੱਤਾ ਜਾਵੇ ਜੇਲ੍ਹ ਵਿੱਚ ਛੱਡ ਦਿੱਤਾ ਜਾਵੇ ਸੋ ਫਾਲਸੋ ਵੀ ਐਲ ਰਿਸਕਿਓ ਦੀ ਰਾ ਦੋ ਪਿਓ della cifra da rimborsare ਮਤਲਬ ਕਿ ਜੇ ਜਿਹੜੇ ਤੁਸੀਂ ਪੈਸੇ ਵਾਪਸ ਕਰਨੇ ਆ ਉਹ ਕਹਿੰਦਾ ਡਬਲ ਹੋ ਸਕਦੇ ਨੇ ਇਹਦਾ ਖਤਰਾ ਹੈ ਸੋ ਫਾਲਸੋ ਐਸਾ ਵੀ ਕੁਝ ਨਹੀਂ ਹੈਗਾ ਕੋਈ ਪੈਸੇ ਡਬਲ ਨਹੀਂ ਹੋਣੇ ਜਿੰਨਾ ਖਰਚਾ ਹੋ ਤੇ ਓਬਵੀਅਸਲੀ ਦੇਣਾ ਹੀ ਪੈਣਾ ਹੈ ਜੇਕਰ ਇੰਸ਼ੋਰੈਂਸ ਕੰਪਨੀ ਹੈਗੀ ਤੇ ਇੰਸ਼ੋਰੈਂਸ ਕੰਪਨੀ ਪੈਸੇ ਦੇਗੀ ਠੀਕ ਹੈ ਜੀ ਜੇਕਰ ਆਪਣੀ ਲਿਮਿਟ ਟੱਪ ਅ VL risk jo ke le assicurazione si rifiuti di dare copertura al sinistro kenda eh vi khatra hai ga vi insurance company tonu mana kar de gi kisi tarike de jide cover ture jide tonu cover kita gaya si kisi accident to onde ton vi tonu mana hi kiti ja sakdi hai rifiuti kiti ja sakda so false so rifiuto nahi hovega sirf khatre vich aayega itthe hi likheya hai vi khatre vich aa sakda hai matlab zaruri nahi hai ga ke rifiutare ho jayega matlab ke cancel hi ho jayega so it 375 complete apna 376 number page ki kenda hai ਅਤਿਵਿਤਾ ਦੀ ਮਾਨੁਟੈਂਸਿਓਨੇ ਐ ਔਟੋ ਰਿਪੈਰਾਜ਼ਿਓਨੇ ਦਾ ਸਵੋਲਜਰਸੀ ਇਨ ਔਫਿਚੀਨੇ ਔਟੋਰੀਜ਼ਾਤੇ ਜਿਹੜੀ ਆਪਣੀ ਮੇਨਟੇਨੈਂਸ ਹੁੰਦੀ ਆ ਤੇ ਔਟੋ ਰਿਪੈਰਾਜ਼ਿਓਨੇ ਹੁੰਦੀ ਜਿਹੜੀ ਰਿਪੇਅਰਿੰਗ ਹੁੰਦੀ ਆਪਣੀ ਗੱਡੀ ਦੀ ਜਿਹੜੀ ਕੀਤੀ ਜਾਂਦੀ ਹੈ ਜਿਹੜੇ ਆਫਿਸ ਜਿਹੜੇ ਵਰਕਸ਼ਾਪ ਜਿਨ੍ਹਾਂ ਨੂੰ ਥੋੜੀ ਦਿੱਤੀ ਗਈ ਆ ਭਾਗੇ ਦਾ ਪਹਿਲਾ ਸੋ ਜੀ ਵਦਦੇ ਆ ਪਹਿਲੇ ਸਵਾਲ ਤੇ ਦੇਖਦੇ ਆ ਕੀ ਕੁਛ ਲਿਖਿਆ ਇੱਥੇ ਲਾਲੇ ਜੇ ਸਟੈਬਿਲੀਸ਼ੇ ਜਿਹੜਾ ਕਾਨੂੰਨ ਹੈ ਉਹ ਐ ਸੈਟ ਕਰਦਾ ਕਿ ਲਾਤੀਵਿਤਾ ਦੀ ਮਾਨੁਟੈਂਸਿਓਨੇ ਐ ਔਟੋ ਰਿਪੈਰਾਜ਼ਿਓਨੇ ਮਤਲਬ ਜਿਹੜੀ ਗੱਡੀ ਦੀ ਦੇ ਵਹੀ ਕੁਲੀ ਗੱਡੀ ਦਾ ਦੇਵਾ ਹੈ ਸਰੇਜ਼ ਬੋਲਤਾ ਉਹਨਾਂ ਨੂੰ ਕੀਤਾ ਜਾਏਗਾ ਸਿਰਫ ਜਿਹੜੇ ਕੰਮ ਦੀ ਸ਼ਾਪ ਹੁੰਦੀ ਜਿਹੜੀ ਵਰਕਸ਼ਾਪ ਹੁੰਦੀ ਆ ਇਸ ਕੀਤੇ ਅਪੋਜ਼ਿਟੇ ਰਜਿਸਟਰ ਮਤਲਬ ਕਿ ਇੱਕ ਕਈ ਵੀ ਐਸੀ ਵਰਕਸ਼ਾਪ ਹੋਣੀ ਚਾਹੀਦੀ ਜਿਹੜੀ ਰਜਿਸਟਰ ਹੋਈ ਹੈ ਇੱਕ ਸ਼ੋਰਟ ਮਤਲਬ ਜਿਹਨਾਂ ਨੂੰ ਅਥਾਰਟੀ ਮਿਲੇ ਵੀ ਹਾਂ ਤੁਸੀਂ ਇੱਥੇ ਆ ਕੇ ਆਪਣਾ ਜਰਾ ਆਉਤੋ ਰਿਪਾਰਾਸ਼ਨੇ ਤੇ ਜਰਾ ਮਨਟੇਨਸ਼ਨੇ ਵਾਲਾ ਕੰਮ ਉਹ ਕਰਸਾ ਲਈ ਜਨਾ ਕੋ ਸਰਟੀਫਿਕੇਟ ਪ੍ਰੋਪਰ ਉਹ ਕਰਵਾ ਉਹਨਾਂ ਕੋਲ ਜਾਣਾ ਚਾਹੀਦਾ ਠੀਕ ਹੈ ਜੀ ਸੋ ਵੇਰੋ ਅਗਲਾ ਫਿਰ ਕਹਿੰਦਾ ਇਨ ਮੋਡੋ ਦਾ ਗਰੰਟੀਰੇ 비ਤਾਜੋ ਮੈਨੂੰ ਆਪਾਂ ਨੂੰ ਜਾਣਾ ਚਾਹੀਦਾ ਨਾਲ ਕੋਲ ਐਸੇ ਅਫੀਸੀਆਂ ਕੋਲ ਜਾਣਾ ਚਾਹੀਦਾ ਹੈ ਤਾਂ ਜੋ ਗਰੰਟੀ ਦਿੱਤੀ ਜਾ ਸਕੇ ਇਲ ਕੋਰੈਕਟੋਸ ਮਾਲਤੀਮੈਂਟੋ ਤਾਂ ਜੋ ਵੀ ਗਰੰਟੀ ਦਿੱਤੀ ਜਾ ਸਕੇ ਵੀ ਸਹੀ ਤਰੀਕੇ ਨਾਲ ਨਿਪਟਾਰਾ ਕਰ ਦਿੱਤਾ ਜਾਏਗਾ ਸਹੀ ਤਰੀਕੇ ਸਹੀ ਜਗ੍ਹਾ ਤੇ ਸੱਟ ਦਿੱਤੇ ਜਾਣਗੇ ਆਪਣੀ ਰਿਫਿਊ ਕੀਤੀ ਦਬੂਤੀ ਆਤਾਲੀ ਐਕਟੀਵਿਟੀ ਵੀ ਜਿਹੜਾ ਵੀ ਆਪਣੀ ਰਿਫਿਊ ਕੀਤੀ ਜਵੇਂ ਆਪਣਾ ਤੇਲ ਬਦਲਿਆ ਤੇਲ ਨਿਕਲਿਆ ਆਪਣੀ ਗੱਡੀ ਵਿੱਚੋਂ ਉਹ ਤੇਲ ਨੂੰ ਸਹੀ ਜਗ੍ਹਾ ਸੱਟਣਾ ਹੁੰਦਾ ਸੋ ਕਹਿੰਦਾ ਵੀ ਇਹਨੂੰ ਸਹੀ ਤਰੀਕੇ ਦਾ ਸੱਟਣ ਦਾ ਕੰਮ ਦੀ ਗਰੰਟੀ ਦਿੰਦਾ ਜੇਕਰ ਆਪਾਂ ਕਿਸੇ ਐਸੀ ਵਰਕਸ਼ਾਪ 'ਤੇ ਜਾਂਦੇ ਹਾਂ ਸੋ ਵੇਰੋ ਪਰ ਅਗੇ ਫੇਰ ਗਰੰਟੀ ਦਵਾੰਦਾ ਪਿਆ ਕਹਿੰਦਾ ਉਨ ਅਡੇਗੁਆਟਾ ਪ੍ਰੋਫੈਸ਼ਨਲਿਤਾ ਵੀ ਇੱਕ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਤੁਹਾਡਾ ਕੰਮ ਇੱਕ ਪ੍ਰੋਫੈਸ਼ਨਲ ਵੇਚ ਤੁਹਾਡਾ ਕੰਮ ਕੀਤਾ ਜਾਂਦਾ ਤਾਂ ਜੋ ਐਕਸੀਡੈਂਟ ਹੋਣ ਤੋਂ ਬਚਾਇਆ ਜਾ ਸਕੇ ਦਵੋਤੀ ਅਗਵਾਸਤੀ ਜਿਹੜਾ ਕਿ ਖਰਾਬੀ ਨਾਲ ਹੁੰਦਾ ਪਰ ਇਰਾ ਤੇ ਮਾਨੂਟੈਂਸ਼ਨੇ ਰਿਪੈਰੇਸ਼ਨ ਜਿਹੜੇ ਕਿ ਹੁੰਦੇ ਨੇ ਵੀ ਜਦੋਂ ਆਪਣੀ ਗੱਡੀ ਸਹੀ ਤਰੀਕੇ ਨਾਲ ਸੈੱਟ ਨਾ ਕੀਤੀ ਗਈ ਹੋਵੇ ਸਹੀ ਤਰੀਕੇ ਨਾਲ ਰਿਪੇਅਰ ਨਾ ਕੀਤੀ ਗਈ ਹੋਵੇ ਉਹਦੇ ਨਾਲ ਹੋਏ ਜਿਹੜੇ ਐਕਸੀਡੈਂਟ ਨੇ ਉਹਨਾਂ ਤੋਂ ਬਚਾਇਆ ਜਾ ਸਕੇ ਸੋ ਵੇਰੋ ਸੋ ਅਗਲਾ ਕਹਿੰਦਾ ਪਿਆ ਕਾਨੂੰਨ ਦੇ ਹਿਸਾਬ ਨਾਲ ਦੱਸਦਾ ਆਪਾਂ ਨੂੰ ਵੀ ਜਿਹੜੇ ਫਿਲਟਰ ਉਹਦਾ ਲਾਰੀਆਂ ਹੁੰਦੇ ਨੇ ਆਪਣੇ ਹਵਾ 에ਅਰ ਫਿਲਟਰ ਹੁੰਦੇ ਨੇ ਜਿਹੜੇ ਕਹਿੰਦਾ ਉਹ ਨਹੀਂ ਆਂਦੇ ਆਥੋਰੀ ਪ੍ਰਾਥਿਓਨ ਦੇ ਏਰੀਆ ਵਿੱਚ ਠੀਕ ਹੈ ਵੀ ਗੱਡੀ ਨੂੰ ਰਿਪੇਅਰ ਕਰਨ ਦੇ ਏਰੀਆ ਵਿੱਚ ਇਹ ਫਿਲਟਰ ਨੂੰ ਬਦਲਣਾ ਨਹੀਂ ਆਂਦਾ ਤੇ ਜਿਨ੍ਹਾਂ ਨੂੰ ਕੀਤਾ ਜਾਂਦਾ ਹੈ ਸਪੈਸ਼ਲ ਵਰਕਸ਼ਾਪ ਤੋਂ ਮਤਲਬ ਕਿ ਇੱਕ ਐਸੇ ਕੰਮ ਨਹੀਂ ਹੈਗੇ ਜਿਨ੍ਹਾਂ ਨੂੰ ਸਿਰਫ ਔਰ ਸਿਰਫ ਵਰਕਸ਼ਾਪ ਤੇ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੂੰ ਅਥਾਰਟੀ ਆ ਠੀਕ ਹੈ ਅਥਾਰਟੀ ਵਾਲੇ ਬਰਕਸ਼ਾਪ ਤੇ ਕਰ ਸਕਦੇ ਪਰ ਅਥਾਰਟੀ ਵਾਲੇ ਚ ਕਈ ਵੀ ਸਿਰਫ ਐਸੇ ਕੰਮ ਨਹੀਂ ਹੈਗੇ ਜਿਨ੍ਹਾਂ ਨੂੰ ਸਿਰਫ ਆਪਣੀ অথੋਰੀਟੀ ਵਾਲੇ ਵਰਕਸ਼ਾਪ ਚ ਹੀ ਕਰਨਾ ਠੀਕ ਹੈ ਨੋਰਮਲ ਚ ਹੀ ਕਰਵਾ ਸਕਦੇ ਹਨ ਸੋ ਵੀਰੋ ਅਗਲਾ ਫਿਰ ਲੂਬਰੀਫਿਕਾਂਟ ਤੇ ਵੀ ਸੇਮ ਕੈਟਾਗਰੀ ਦਾ ਲੂਬਰੀਫਿਕਾਂਟ ਤੇ ਫਿਲਟਰੋ ਦਾ ਲਾਰੀਆ ਦੋਨੋਂ ਸੇਮ ਨੇ ਵੀ ਇਹ ਦੋਨੋਂ ਹੀ ਐਸ ਕੈਟਾਗਰੀ ਵਿੱਚ ਨਹੀਂ ਆਉਂਦੇ ਵੀ ਜਿਨ੍ਹਾਂ ਨੂੰ ਸਿਰਫ ਅਫੀਸ਼ੀਅਲ ਅਥੋਰਾਈਜ਼ਡ ਤੋਂ ਵਿੱਚੋਂ ਹੀ ਕਰਾਉਣਾ ਪਵੇ ਸੋ ਵੀਰੋ ਦੋਨੋਂ ਹੀ ਅਗਲਾ ਕਹਿੰਦਾ ਬਦਲਨੇ ਪਿਆ ਆਪਣੇ ਤੇਲ ਨੂੰ ਤੇ ਹੋਰ ਵੀ ਜਿਹੜੇ ਲਿਕਵਿਡ ਨੇ ਲੂਬਰੀਫਿਕਾਨੋ ਵਾਲੇ ਉਹਨਾਂ ਲਿਕਵਿਡ ਨੂੰ ਗੱਡੀ ਦੇ ਵਿੱਚ ਜਿਹੜੇ ਬਦਲੇ ਹੁੰਦੇ ਨੇ ਕਹਿੰਦਾ ਉਹ ਨਹੀਂ ਆਉਂਦੇ ਨੈਲੇ ਆਤੀਵਿਤਾ ਦੀ ਆਉਟੋ ਰਿਪੇਰੇਸ਼ਨ OSi ਕੈਟਾਗਰੀ ਵਿੱਚ ਨਹੀਂ ਆਉਂਦੇ ਸੇਮ ਹੋਈ ਜਿਹਨਾਂ ਨੂੰ ਆਫੀਸੇ ਨੇ ਆਉਟੋਰੀਜ਼ਾਟਿਡ ਵਿੱਚੋਂ ਕਰਨਾ ਪਵੇ ਉਹ ਐਸੀ ਕੈਟਾਗਰੀ ਵਿੱਚ ਨਹੀਂ ਆਉਂਦੇ ਕਿਹੜੇ-ਕਿਹੜੇ ਨੇ ਆਪਣੇ ਓਲਿਓ ਆਪਣੇ ਹੋਰ ਵੀ ਕੋਈ ਲਿਕੁਇਡ ਆ ਆਪਣਾ ਹਵਾ ਦਾ ਫਿਲਟਰ ਆ ਤਿੰਨੋਂ ਠੀਕ ਹੈ ਸੋ ਵੇਰੋ ਅਗਲਾ ਫਿਰ ਕਹਿੰਦਾ ਹੈ ਬੀ ਜਿਹੜਾ ਲਿਕਵਿਡ ਹੋਰ ਫਰੇਦਾਮੈਂਟੋ ਆ ਉਹ ਵੀ ਕਹਿੰਦਾ ਨੋਨ ਰੀਯੰਤਰਾ ਕਹਿੰਦਾ ਉਹ ਵੀ ਇੱਕ ਐਸੀ ਰਿਪੇਅਰਿੰਗ ਨਹੀਂ ਹੈਗੀ ਜਿਹਨੂੰ ਸਿਰਫ ਆਫੀਸੇ ਨਾਲ ਆਉਟੋਰੀਜ਼ਾਟਿਡ ਵਿੱਚੋਂ ਹੀ ਕਰਾਉਣਾ ਹੋਵੇ ਤੇ ਫਿਲਟਰ ਆਪਣੀ ਮੋਟਰ ਦਾ ਇਜਾਜ਼ਤ ਹੈ ਫਾਰੇ ਇਨਪ੍ਰੋਪਰੀਓ ਪਰਲੇ ਜੇ ਵੀ ਜਿਹਨਾਂ ਨੂੰ ਕੀਤਾ ਜਾਏਗਾ ਕਾਨੂੰਨ ਦੇ ਹਿਸਾਬ ਨਾਲ ਦੇਵਨੋ ਕੋਮੋਂਕਵੇਸ ਸਰੇ ਸਿਕਵੀਤੇ ਗਰਾਂਟੈਂਡੋ ਤਾਂ ਵੀ ਕਹਿੰਦਾ ਉਹਨਾਂ ਨੂੰ ਇਸ ਤਰੀਕੇ ਨਾਲ ਕਰਨਾ ਚਾਹੀਦਾ ਹੈ ਗਰੰਟੀ ਦੇਂਦੇ ਹੋਏ ਕਰਨਾ ਚਾਹੀਦਾ ਹੈ ਇਲ ਕੋਰੇਟੋਸ ਮਾਲਟੀਮੈਂਟੋ ਦੇ ਇਲੀਕਵਿਡੀ ਜਿਹੜਾ ਆਪਣਾ ਤੇਲ ਹੈ ਜਿਹੜਾ ਨਿਕਲਿਆ ਉਹਨੂੰ ਆਪਾਂ ਸਹੀ ਤਰੀਕੇ ਨਾਲ ਨਿਪਟਾਰਾ ਦਾ ਕਰ ਸਕਦੇ ਹਾਂ ਜਿਹੜਾ ਖਰਾਬ ਤੇਲ ਆਪਾਂ ਕੱਢ ਕੇ ਨਵਾਂ ਪਾਇਆ ਉਹਨ ਦੀ ਕਹਿੰਦਾ ਉਹਦਾ ਸਹੀ ਤਰੀਕੇ ਨਾਲ ਨਿਪਟਾਰਾ ਕੀਤਾ ਜਾ ਸਕੇ ਉਹ ਦਲੇ ਪਾਰ ਤੇ ਇਸ ਆਉਸਤੇ ਜਿਹੜੇ ਆਪਣੇ ਹਿੱਸੇ ਜਿਹੜੇ ਖਰਾਬ ਹੋਏ ਨੇ ਜਿਹੜੇ ਖਰਚ ਹੋ ਉਹਨਾਂ ਨੂੰ ਕਹਿੰਦਾ ਸੀ ਤੇ ਕਿਨ ਉਹਨਾਂ ਦੇ ਨੂੰ ਨਿਪਟਾਰਾ ਕਰੀਤਾ ਜਾਵੇ ਐਨਕਿ ਜਿਹੜੀ ਖਣੀ ਜਾਗੇ ਜਗ੍ਹਾ ਤੇ ਜਾ ਕੇ ਸੱਟਦਾ ਸੋ ਇਦਾਂ ਵੀ ਨਹੀਂ ਕਰ ਸਕਦੇ ਸੋ ਆਬਵੀਅਸਲੀ ਇੱਕ ਸਹੀ ਜਗ੍ਹਾ ਹੋਏਗੀ ਜਿੱਥੇ ਤੇਲ ਨੂੰ ਸੱਟਿਆ ਜਾਏਗਾ ਸੋ ਵੇਰੋ ਅਗਲਾ ਫਿਰ ਸੇਮ ਹੀ ਐ ਕਹਿੰਦਾ ਬਦਲਣੇ ਪਹਿਲੇ ਲਿਕਵਿਡ ਤੇ ਆਪਣਾ ਤੇਲ ਅਮੇ ਸੁਫਾਰੇ ਇਲ ਪ੍ਰੋਪਰੀਓ ਇਲ ਪਰਲੇਜੇ ਵੀ ਜਿਹਨੂੰ ਆਪਾਂ ਕਾਨੂੰਨ ਦੇ ਹਿਸਾਬ ਨਾਲ ਕਰ ਸਕਦੇ ਆ ਪੁਸ ਨਾਸਰੇਸੇ ਗਵੀ ਤੇ ਵੀਰ ਉਹਨਾਂ ਕਿੱਥੇ ਜਾ ਸਕਦਾ ਬਸ ਸ਼ਰਤ ਇੱਕ ਜੇ ਲਿਕਵਿਡ ਤੇ ਜਿਹੜੇ 파르티 아ਜ਼ਾਉਸਤੀ ਮਤਲਬ ਜਿਹੜੇ ਖਰਾਬ ਆਪਣੇ ਹਿੱਸੇ ਹੋਏ ਨੇ ਵਿੰਗ ਨੂੰ ਬੁੱਤਾ ਤੇ ਇਨ ਉਨ ਕੋਂਟੇ ਜੇ ਜਿਹੜਾ ਆਪਣਾ ਕੋਈ ਵੀ ਹਿੱਸਾ ਜਾਂ ਪੁਰਜ਼ਾ ਜਿਹੜਾ ਖਰਾਬ ਹੋਇਆ ਉਹਨਾਂ ਨੂੰ ਸਟੱਇਆ ਜਾਵੇ ਕੰਟੇਨਰ ਵਿੱਚ ਪਬਲਿਕ ਕੰਟੇਨਰ ਵਿੱਚ ਜਿੱਥੇ ਸਮਾਨ ਜਾਂ ਗੰਦ ਸਟੱਇਆ ਜਾਂਦਾ ਉੱਥੇ ਸਟੱਇਆ ਨਹੀਂ ਜੀ ਇਹਨਾਂ ਤੇ ਇੱਕ ਸਪੈਸ਼ਲ ਜਗ੍ਹਾ ਹੁੰਦੀ ਜਿੱਥੇ ਨਾਲ ਸਟੱਇਆ ਜਾਂਦਾ ਸੋ ਫਾਲਸੋ ਜੀ ਵਧੇ ਅਗਲੇ ਸਵਾਲ ਤੇ ਪੋਸਨੋ ਐਸਰੇ ਸੇ ਗੁਈ ਤੇ ਪੁਰਕੇ ਲਿਕਵਿਡੋ ਵੇਂਗੋਨੋ ਰਾਕੋਲਤੀ ਇਨ ਫੂਸਟੀ ਦੀ ਪਲਾਸਟੀਕਾ ਏ ਲਾਸ਼ਾਤੀ ਵਿਚੀਨੋ ਐ ਕਾਸੋਨੇਟੀ ਦੈਲ ਇਮੋਂਡਾਂਸਿਆ ਰਾਕੋਲਤਾ ਦੈਲ ਸਰਵਿਜ਼ੀ ਦੀ ਨੇਤੇਜ਼ਾ ਉਰਬਾਨਾ ਕਹਿੰਦਾ ਬਦਲਣਾ ਆਪਣੇ ਲਿਕਵਿਡ ਨੂੰ ਮੋਟਰ ਦੇ ਇਹਨੂੰ ਕਹਿੰਦਾ ਕਰਨ ਦੀ ਇਜਾਜ਼ਤ ਹੈ ਫਾਰ ਇਨਪ੍ਰੋਪਰੀਓ ਪ੍ਰਿਲੇਜ ਜਿਹੜਾ ਕਾਨੂੰਨ ਦੇ ਹਿਸਾਬ ਨਾਲ ਕਰਨਾ ਪੈਣਾ ਆਪਾਂ ਨੂੰ ਪੋਸਟ ਨੂੰ ਇਸ ਰੇ ਸਗੂਇ ਤੇ ਇਹਨਾਂ ਨੂੰ ਕਿੱਥਾ ਜਾ ਸਕਦਾ ਬਸ ਸ਼ਰਤ ਇਹ ਕਿ ਜਦ ਲਿਕਵਿਡ ਹੈ ਜਿਹੜਾ ਕਿ ਨਿਕਲੇਗਾ ਉਹਨਾਂ ਨੂੰ ਇਕੱਠਾ ਕਰਨਾ ਪੈਣਾ ਫੂਸਤੀਨ ਪਲਾਸਟਿਕ ਦਾ ਮਤਲਬ ਹੈ ਕਿ ਪਲਾਸਟਿਕ ਦੇ ਡਰਮ ਵਿੱਚ ਇਕੱਠਾ ਕਰਨਾ ਪੈਣਾ ਉਹਨੂੰ ਤੇ ਛੱਡਣਾ ਪੈਣਾ ਨੇੜੇ ਕਸੁਨੇਤੀ ਕਸੁਨੇਤੀ ਮਤਲਬ ਜਿੱਥੇ ਆਪਣੇ ਕਈ ਵੀ ਕੂੜਾ ਕਰਕਟ ਵਾਲੀ ਜਿਹੜੀ ਜਗ੍ਹਾ ਹੁੰਦੀ ਜਿਹੜੇ ਡਰੰਬ ਨੇ ਹੁੰਦੇ ਨੇ ਉਹਨਾਂ ਦੇ ਨੇੜੇ ਆਪਾਂ ਨੂੰ ਛੱਡਣਾ ਪੈਣਾ ਦੇ ਸਰਵਿਸਿ ਦੀ ਨੀਤ ਸਾ ਉਰਬਨ ਮਤਲਬ ਸਾਫ ਸਫਾਈ ਕਰਨ ਵਾਲਾ ਜਿਹੜਾ ਏਰੀਆ ਹੁੰਦਾ ਉੱਥੇ ਮਤਲਬ ਜਿੱਤੇ ਕਸ ਨੂੰ ਸਾਰੇ ਨੂੰ ਪਤਾ ਹੀ ਹੋਣਾ ਹੈ ਮਤਲਬ ਜਿਹੜੇ ਕੂੜਾ ਸੱਟਣ ਵਾਲੀ ਜਿਹੜੀ ਜਗ੍ਹਾ ਕਹਿੰਦਾ ਉੱਥੇ ਆਪਾਂ ਨੂੰ ਰੱਖਣਾ ਚਾਹੀਦਾ ਸਾਰਾ ਹੀ ਸੋ ਫਾਲਸੋ ਐਸਾ ਨਹੀਂ ਹੈਗਾ ਕਿ ਆਪਾਂ ਨੂੰ ਉੱਥੇ ਸੱਟਣਾ ਹੁੰਦਾ ਇਹਨਾਂ ਨੂੰ ਸੱਟਣ ਦੀ ਇੱਕ ਸਪੈਸ਼ਲ ਜਗ੍ਹਾ ਹੁੰਦੀ ਆ ਅੱਗੇ ਕਹਿੰਦਾ ਪਿਆ ਫਿਲਟਰ ਬਦਲਦਾ ਪਿਆ ਮੋਟਰ ਦੇ ਕਹਿੰਦਾ ਫਿਲਟਰ ਨੂੰ ਬਦਲਣ ਦੀ ਇਜਾਜ਼ਤ ਹੈ ਤੇ ਬਾਅਦ ਸ਼ਰਤੇ ਫਿਰ ਕਹਿੰਦਾ ਪਿਆ ਜਿਹੜੇ ਫਿਲਟਰ ਨੇ ਵਿੰਗ ਨੂੰ ਰੱਖ ਕੋਲਤੀ ਨੇ ਲਿਆ ਪੋਜੀਟਿਵ ਸਾਕੀ ਵੀ ਹੋਲਾ ਵੀ ਉਹਨਾਂ ਨੂੰ ਇੱਕ ਵਿ ਤੇ ਛੱਡਣਾ ਪੈਣਾ ਨੇੜੇ ਕਸੋ ਨੇਤੀ ਤੇ ਸੇਮ ਹੋਈ ਵੀ ਆਪਣੇ ਜਿਹੜੇ ਡਰਮ ਹੁੰਦੇ ਨੇ ਜਿੱਥੇ ਗੰਦਗੁੱਦ ਸੱਟੀ ਦਾ ਕੂੜਾ ਕਰਕੇਡ ਸੱਟੀ ਦਾ ਉਹਦੇ ਨੇੜੇ ਆਪਾਂ ਨੇ ਇਹਨਾਂ ਨੂੰ ਰੱਖਣਾ ਪੈਣਾ ਸੋਫਲਸੋ ਐਸਾ ਵੀ ਆਪਾਂ ਨਹੀਂ ਕਰਨਾ ਸਪੈਸ਼ਲ ਜਗ੍ਹਾ ਹੁੰਦੀ ਹੈ ਆਬਵੀਅਸਲੀ ਸੋ ਅਗਲਾ ਫਿਰ ਕਹਿੰਦਾ ਜਦੋਂ ਆਪਾਂ ਕਰੂੰਦੇ ਹਿਸਾਬ ਨਾਲ ਆਪਣੀ ਬ੍ਰੇਕਾਂ ਬਦਲਣੇ ਪਿਆ ਪਸਤੀਲੀਆਂ ਬਦਲਣੇ ਪਿਆ ਨੋਨ ਰੀਏਂਤਰਾ ਨੇਲਾ ਐਕਟੀਵਿਤਾ ਦੀ ਆਉਟੋ ਰਿਪੇਰਾਜ਼ਿਓਨੇ ਦੀ ਸੇਗੁਇਰੇ ਸੋਲੋ ਪ੍ਰੇਸੋ ਓਫੀਚੀਨੇ ਔਥੋਰੀਜ਼ਾਤੇ ਸੋ ਕਹਿੰਦਾ ਬ੍ਰੇਕਾਂ ਨੂੰ ਬਦਲਣਾ ਇੱਕ ਐਸਾ ਕੰਮ ਹੈ ਜਿਨ੍ਹਾਂ ਨੂੰ ਨਹੀਂ ਜਿਹੜੇ ਕਿ ਅਸੀਂ ਐਕਟੀਵਿਟੀ ਨਹੀਂ ਹੈਗੀ ਜਿਨ੍ਹਾਂ ਨੂੰ ਸਿਰਫ ਔਰ ਸਿਰਫ ਜਾ ਕੇ ਵਰਕਸ਼ਾਪ ਜਿਨ੍ਹਾਂ ਨੂੰ ਅਥਾਰਟੀ ਵਾਲੇ ਵਰਕਸ਼ਾਪ ਉਹਨਾਂ ਉੱਤੇ ਜਾ ਕੇਤਾ ਜਾਵੇ ਸੋ ਫਾਲਸੋ ਇਹਦਾ ਕਿਉਂਕਿ ਬ੍ਰੇਕਾਂ ਬਦਲਣਾ ਇੱਕ ਮੇਨ ਕੰਮ ਹੈ ਮੇਨ ਕੰਮ ਹੈ ਗੱਡੀ ਦਾ ਬ੍ਰੇਕਾਂ ਵਾਲੀ ਗੱਡੀ ਹੁੰਦੀ ਆ ਸੋ ਉਹਨਾਂ ਨੂੰ ਇੱਕ ਸਪੈਸ਼ਲ ਆਫਿਸ ਵਿੱਚ ਜਾ ਕੇ ਆਪਣਾ ਬਦਲਾਨਾ ਚਾਹੀਦਾ ਜਿੱਥੇ ਜਿਨ੍ਹਾਂ ਨੂੰ ਅਥਾਰਟੀ ਦਿੱਤੀ ਗਈ ਹੋਵੇ ਸੋ ਫਾਲਸੋ ਕਿ ਇਹ ਐਸ ਐਕਟੀਵਿਟੀ 'ਚ ਨਹੀਂ ਆਉਂਦੇ ਕਿਉਂਕਿ ਇਹ ਐਸ ਐਕਟੀਵਿਟੀ ਵਿੱਚ ਆਉਂਦੇ ਨੇ ਅੱਗੇ ਕਹਿੰਦਾ ਬਦਲਣਾ ਆ ਮੂਰਤੀ ਦਾ ਤੌਰੇ ਅਮੋਰਟਿਜ਼ਾਟੋਰੀ ਆਪਾਂ ਕਹਿੰਦਾ ਉਹਨੂੰ ਬਦਲਨੇ ਪਿਆ ਕਹਿੰਦਾ ਉਹ ਵੀ ਇਸ ਐਕਟੀਵਿਟੀ ਵਿੱਚ ਨਹੀਂ ਹੈਗਾ ਨਹੀਂ ਜੀ ਅਮੋਰਟਿਜ਼ਾਟੋਰੀ ਨੂੰ ਬਦਲਣਾ ਵੀ ਸੋਖਾ ਨਹੀਂ ਹੈਗਾ ਸੋ ਇਹ ਵੀ ਇਸ ਕੈਟੇਗਰੀ ਵਿੱਚ ਨਹੀਂ ਆਉਂਦੇ ਸੋ ਅਗਲਾ ਕਹਿੰਦਾ ਆਪਾਂ ਬਦਲਣ ਲੱਗੇ ਆਪਣੀ ਇਮਪੀਆਨਤੋ ਦੀ ਇਲੂਮਿਨਾਜ਼ਿਓਨ ਠੀਕ ਹੈ ਜਿਹੜੀ ਆਪਣੀ ਲੈਂਟਰਨ ਉਟਾਂ ਵਾਲੀ ਜਿਹੜੀ ਵੀ ਆਪਣੇ ਸਿਸਟਮ ਨੇ ਉਹਨਾਂ ਨੂੰ ਰਿਪੇਅਰ ਕਰਨਾ ਸੌਰੀ ਨਾ ਕਿ ਬਦਲਣਾ ਰਿਪੇਅਰ ਕਰਨਾ ਕਹਿੰਦਾ ਉਹ ਇਸ ਐਕਟੀਵਿਟੀ ਵਿੱਚ ਨਹੀਂ ਆਉਂਦੇ ਸੋ ਫਾਲਸੋ ਇਹ ਵੀ ਇਸ ਐਕਟੀਵਿਟੀ ਵਿੱਚ ਆਉਂਦੇ ਨੇ ਜਿਨ੍ਹਾਂ ਨੂੰ ਆਪਾਂ ਨੂੰ ਸਪੈਸ਼ਲ ਵਰਕਸ਼ਾਪ ਤੇ ਜਾ ਕੇ ਹੀ ਬਦਲਵਾਉਣਾ ਚਾ ਅਗਲਾ ਫਿਰ ਰਿਪੇਅਰ ਦੀ ਗੱਲ ਕਰਦਾ ਪਿਆ ਆਪਣੀ ਇੰਪੀਅਨ ਤੋਂ ਇਲੈਕਟ੍ਰੀਕੋ ਦੀ ਸੋਇ ਵੀ ਇੱਕ ਐਸੀ ਗੱਲ ਹੈ ਜਿਹਨੂੰ ਆਪਾਂ ਨੂੰ ਸਿਰਫ ਸਪੈਸ਼ਲ ਵਰਕਸ਼ਾਪ ਤੇ ਜਾ ਕੇ ਕਰਵਾਉਣਾ ਚਾਹੀਦਾ ਅਗਲਾ ਕਹਿੰਦਾ ਹੈ ਰੈਜੀਸਟਰੋ ਸਪੈਸੀਫੀਕੋ ਦੇਲੇ ਓਫਿਸੀਨੇ ਕੇ ਪੋਸਸੋਨ ਐਫੇਟੂਆਰੇ ਲ'ਐਟਿਵਿਤਾ ਦੀ ਆਉਟੋ ਰਿਪਾਰਾਜ਼ੀਓਨੇ ਮਾ ਸੋਲੋ ਉਨ ਐਲੇਨਕੋ ਕੋਮੂਨਾਲੇ ਕੌਨਸੁਲਟਾਬਿਲੇ ਸੂਲ ਇੰਟਰਨੈਟ ਕਹਿੰਦਾ ਕਾਨੂੰਨ ਨੋਨ ਪ੍ਰੇਵੇ ਦੇ ਉਨ ਰੈਜੀਸਟਰੋ ਸਪੈਸੀਫੀਕੋ ਕਹਿੰਦਾ ਖਾਸ ਰੁੱਕੇ ਨਾਲ ਰੈਜੀਸਟਰ ਨਹੀਂ ਕੀਤਾ ਜਾਂਦਾ ਵਰਕਸ਼ਾਪ ਨੂੰ ਕਿ ਪੋਸਟ ਨੇ ਫੇਤਵਾਰੀ ਲਾਤੀਵਿਤਾ ਦੀ ਆਥੋਰੀ ਪਰਾਤਸਿਓਨ ਨੇ ਬਿਨਾਂ ਨੂੰ ਕਿਸੇ ਵੀ ਤਰੀਕੇ ਨਾਲ ਰਜਿਸਟਰ ਨਹੀਂ ਕੀਤਾ ਜਾਂਦਾ ਜਿਹੜੇ ਵੀ ਆਥੋਰੀ ਪਰਾਤਸਿਓਨਾਂ ਦਾ ਕੰਮ ਕਰਦੇ ਨੇ ਗੱਡੀ ਨੂੰ ਰਿਪੇਅਰ ਕਰਨ ਦਾ ਕੰਮ ਕਰਦੇ ਨੇ ਸੋ ਫਾਲਸ ਹੋ ਜਾਂਦਾ ਕਿਉਂਕਿ ਇਹਨਾਂ ਦਾ ਇੱਕ ਸਪੈਸ਼ਲ ਕਈ ਵੀ ਇਹਨਾਂ ਨੂੰ ਸਪੈਸ਼ਲ ਤਰੀਕੇ ਨਾਲ ਰਜਿਸਟਰ ਕਰਵਾਉਣਾ ਪੈਂਦਾ ਹੈ ਕਿ ਹਾਂ ਜੀ ਅਸੀਂ ਆਥੋਰੀ ਪਰਾਤਸਿਓਨਾਂ ਦਾ ਕੰਮ ਕਰਦੇ ਹਾਂ ਇਦਾਂ ਨਹੀਂ ਕਿ ਵੀ ਕੋਈ ਵੀ ਮੂੰ ਚੱਕ ਕੇ ਕਹਦੇ ਕੱਲ ਨੂੰ ਵੀ ਹਾਂ ਮੈਂ ਰਿਪੇਅਰ ਕਰਦਾ ਗੱਡੀਆਂ ਨੂੰ ਨਹੀਂ ਜੀ ਤਾਂ ਨਹੀਂ ਹੋਏਗਾ ਸਪੈਸ਼ਲ ਇਹਨਾਂ ਨੂੰ ਅਥਾਰਟੀ ਮਿਲੇਗੀ 376 ਕੰਪਲੀਟ ਆਪਣਾ ਸੋ ਜੀ 377 ਸੋ ਇਥੇ ਪੰਦਸ ਦੱਸਦਾ ਪਿਆ ਕਿ ਕਿਹੜੇ ਕਿਹੜੇ ਰਿਪੇਰੇ ਕਿਹੜੇ ਕਿਹੜੇ ਰਿਪੇਰੇ ਹੁੰਦੇ ਨੇ ਆਪਣੇ ਰਿਪੇਰੇtionੇ ਮਤਲਬ ਰਿਪੇਅਰ ਕਰਾਣਾ ਆਪਣੇ ਆਰਗਾਨੀ ਹਿੱਸੇ ਮੋਟਰ ਦੇ ਸੋ ਇਹਨਾਂ ਇਹਨਾਂ ਜਿਹੜਾ ਦੱਸਦਾ ਪਿਆ ਵੀ ਕਿਹੜੇ ਕਿਹੜੇ ਮੋਟਰ ਦੇ ਹਿੱਸੇ ਆਪਾਂ ਨੂੰ ਰਿਪੇਅਰ ਕਰਾਣੇ ਚਾਹੀਦੇ ਨੇ ਜਿੰਨਾਂ ਕੋਲ ਆਫੀਸੀ ਨੇ ਹੁੰਦੇ ਆ ਮਤਲਬ ਜਿਹੜੇ ਅਥਾਰਟੀ ਵਾਲੇ ਆਫੀਸੀ ਨੇ ਹੁੰਦੇ ਆ ਵਰਕਸ਼ਾਪ ਹੁੰਦੀ ਆ ਅਥਾਰਟੀ ਵਾਲੇ ਉਹਨਾਂ ਕੋਲੋਂ ਸੋ ਉਹ ਹੁੰਦੇ ਨੇ ਦਿਸਟ੍ਰਿਬੂਟਸਿਓਨੇ ਵਾਲੀ ਸੈਟਿੰਗ ਕਰਾਣੀ ਹੋਵੇ ਇੰਪੀਅੰਤੋ ਦੀ ਨੇਟਸਿਓਨੇ ਦੀ ਸੈਟਿੰਗ ਕਰਾਣੀ ਹੋਵੇ ਰਿਪੇਅਰ ਕਰ ਜਾਂ ਐਲੀਮੈਂਟਾਜ਼ਿਓਨੇ ਹੋਵੇ ਠੀਕ ਹੈ ਸੋ ਇਹਨਾਂ ਦੀ ਜੇਕਰ ਕੋਈ ਰਿਪੇਅਰ ਕਰਾਣੀ ਹੋਵੇ ਤੇ ਆਪਾਂ ਨੂੰ ਹਮੇਸ਼ਾ ਕਿਸੇ ਐਸੇ ਕੋਲ ਜਾਣਾ ਪੈਣਾ ਜਿਹੜਾ ਕਿ ਆਫੀਚੀਨਾ ਆਥੋਰਾਈਜ਼ਡਾ ਹੋਵੇ ਤੇ ਛੱਡਣਾ ਕਿਨੋਆ ਸਾਲਵੋਲਾ ਸੋਸਟੀਟੂციਓਨੇ ਦੇ ਫਿਲਟਰੀ ਆ ਕਾਰਟੂਚਾ ਮਤਲਬ ਜਿਹੜੇ ਆਪਣੇ ਫਿਲਟਰ ਹੁੰਦੇ ਆ ਹਵਾ ਵਾਲੇ ਉਹਨਾਂ ਨੂੰ ਛੱਡ ਕੇ ਬਾਕੀ ਇਹ ਤਿੰਨ ਚੀਜ਼ਾਂ ਆਪਾਂ ਨੂੰ ਹਮੇਸ਼ਾ ਆਫੀਚੀਨਾ ਆਥੋਰਾਈਜ਼ਡਾ ਤੋਂ ਹੀ ਕਰਵਾਉਣਾ ਚਾਹੀਦਾ ਹੈ ਜਾਂ ਕਿਸੇ ਐਸੇ ਬੰਦੇ ਤੋਂ ਜਿਹੜਾ ਕੁਆਲੀਫਿਕੇਟ ਹੋਵੇ ਮਤਲਬ ਜਿਹੜਾ ਕਈਏ ਵੀ ਆਪਣਾ ਜਿੰਨਾ ਕੋਈ ਕੁਆਲੀਫਿਕੇਸ਼ਨ ਹੋਵੇ ਵੀ ਹਾਂ ਉਹ ਐਸਾ ਕੰਮ ਕਰ ਸਕ ਅਕਵਾ ઓਰ ਲਿਕਵਿਡੋ ਜੇਕਰ ਪਾਣੀ ਜਾਂ ਕਿਸੇ ਤਰੀਕੇ ਦਾ ਕੋਈ ਲਿਕਵਿਡ ਆਪਣੇ ਰੈਡੀਏਟਰ ਦੇ ਵਿੱਚ ਵੜ ਜਾਂਦਾ ਹੈ ਜਦੋਂ ਮੋਟਰ ਬਹੁਤ ਜ਼ਿਆਦਾ ਗਰਮ ਹੋਵੇ ਐ ਨਹੀਂ ਕਿ ਵੀ ਜਦੋਂ ਮੋਟਰ ਠੰਡੀ ਆ ਸਿਰਫ ਜਦੋਂ ਉਹ ਮੋਟਰ ਬਹੁਤ ਜ਼ਿਆਦਾ ਗਰਮ ਹੋਵੇ ਉਦੋਂ ਖਤਰਾ ਹੁੰਦਾ ਹੈ ਵੀ ਦਰਾਰ ਆ ਸਕਦੀ ਹੈ ਆਪਣੇ ਮੋਨੋ ਬਲੋਕੋ ਵਿੱਚ ਜਾਂ ਫਿਰ ਉਹ ਬਿੰਗਾ ਟੇਡਾ ਕਰ ਸਕਦਾ ਆਪਣੇ ਤਿਸਤਾਤਾ ਨੂੰ ਠੀਕ ਹੈ ਸੋ ਵੇਰੋ ਅਗਲਾ ਸਵਾਲ ਟੁੱਟੇਲੇ ਰਿਪਾਰਾਜ਼ੀਓਨੇ ਹਰ ਇੱਕ ਤਰ੍ਹਾਂ ਦੀ ਸੈਟਿੰਗ ਜਿਹੜੀ ਕਿ ਹੋਏਗੀ ਆਪਣੇ ਕੰਮ ਦੀ ਉਹਦੀ ਵਿਲੋਚਤਾ ਮਤਲਬ ਆਪਣੇ ਗੇਅਰ ਬਾਕਸ ਦੀ ਦੇ ਵੋਨੋ ਵੇਨੀਰੇ ਐਫੇਤਵਾਤੇ ਮਤਲਬ ਕਰਨਾ ਚਾਹੀਦਾ ਹੈ ਕਿਸੀ ਆਫੀਸੀਨਾ ਆਥੋਰਾਈਜ਼ਾਤਾ ਤੋਂ ਹੀ ਜਾਂ ਕਿਸੇ ਜਿਹੜਾ ਬੰਦਾ ਕੁਆਲਿਫਿਕੇਸ਼ਨ ਤੋਂ ਵਾਲਾ ਬੰਦਾ ਹੋਵੇ ਜਿਹਦੇ ਕੋਲ ਕੁਆਲਿਫਿਕੇਸ਼ਨ ਹੋਵੇ ਉਹ ਕੰਮ ਕਰਨ ਦੀ ਆਪਣੇ ਗੇਅਰ ਬਾਕਸ ਦੀ ਰਿਪੇਅਰਿੰਗ ਦੀ ਠੀਕ ਹੈ ਸੋ ਵੇਰੋ ਪਰ ਕਵਾਂਤੋ ਕੋਂਚਰਨੇ ਲ'ਐਟਿਵਿਤਾ ਦੀ ਆਉਟੋ ਰਿਪਾਰਾਜ਼ਿਓਨੇ ਸੋ ਕਹਿੰਦਾ ਜਿਹੜੀ ਆਪਣੀ ਐਕਟੀਵਿਤਾ ਹੁੰਦੀ ਜਿਹੜੀ ਆਪਣੀ ਐਕਟੀਵਿਟੀ ਹੁੰਦੀ ਆਉਟੋ ਰਿਪਾਰਾਜ਼ਿਓਨੇ ਦੀ ਆਉਟੋ ਰਿਪਾਰਾਜ਼ ਇਮਪਰੀਜ਼ੇ ਮਤਲਬ ਕਿ ਜਿਹੜੇ ਆਪਣੇ ਆਫੀਸੇ ਨੇ ਆਥੋਰਾਈਜ਼ਟੇ ਹੋਣੇ ਚਾਹੀਦੇ ਨੇ ਇਸਕ੍ਰਿੱਤੇ ਹੋਣੇ ਚਾਹੀਦੇ ਨੇ ਆਪਣੇ ਰਜਿਸਟਰੋ ਦੀ ਦੀ ਆਫੀਸੀਨ ਅਬਿਲਿਟਾਤੇ ਦੇ ਵਿੱਚ ਜਿਹੜੇ ਮਤਲਬ ਪ੍ਰੋਪਰ ਜਿਹੜੇ ਰਜਿਸਟਰ ਕਰਾਏ ਹੋਣਗੇ ਵੀ ਹਾਂਜੀ ਇਹਨਾਂ ਦਾ ਬੰਦਾ ਜਿਹੜਾ ਆ ਪ੍ਰੋਪਰ ਮਤਲਬ ਸਹੀ ਮਕੈਨਿਕ ਹੈ ਤੇ ਇਹ ਸਾਰਾ ਕੰਮ ਇਹ ਕਰ ਸਕਦਾ ਜਿਨ੍ਹਾਂ ਨੂੰ ਪ੍ਰੋਪਰ ਸਰਟੀਫਾਈਡ ਕੀਤਾ ਗਿਆ ਹੋਵੇ ਉਹਨਾਂ ਕੋਲੋਂ ਆਪਨ ਕਰਾਉਣਾ ਚਾਹੀਦਾ ਕੰਮ ਜਿਹੜੇ ਸਿਰਫ ਵਰਕਸ਼ਾਪ ਤੇ ਕਰਵਾਏ ਜਾ ਸਕਦੇ ਨੇ ਉਹ ਕੰਮ ਕਰਨ ਵਿੱਚ ਕੈਪੇਬਲ ਨੇ ਕਰ ਸਕਦੇ ਨੇ ਉਹਨਾਂ ਨੂੰ ਰਜਿਸਟਰ ਕੀਤਾ ਜਾਂਦਾ ਠੀਕ ਹੈ ਜੀ ਸੋ ਵੀਰੋ ਸਿਕੋਨਦੋਲੇ ਨੋਰਮੇ ਦੀ ਲੇਜੇ ਕ ਏ olio مطلب ਕਿ ਤੇਲ ਤੇ ਆਪਣੇ ਫਿਲਟਰ ਦਾ ਬਦਲਣਾ ਦੇਵੇ ਅਵਵੀ ਨੀਰੇ ਸੋਲੋ ਇਨ ਓਫੀਸੀਨਾ ਉਹਨਾਂ ਨੂੰ ਕਹਿੰਦਾ ਸਿਰਫ ਓਫੀਸੀਨਾ ਵਿੱਚੋਂ ਵਰਕਸ਼ਾਪ ਵਿੱਚੋਂ ਹੀ ਕਰਾਉਣਾ ਚਾਹੀਦਾ ਸੋ ਫਾਲਸੋ ਇਹ ਵਾਲੇ ਆਪਾਂ ਓਫੀਸੀਨਾ ਵਿੱਚੋਂ ਬਿਨਾਂ ਵੀ ਕਰ ਸਕਦੇ ਹਾਂ ਠੀਕ ਹੈ ਸੋ ਬਿਨਾਂ ਥੋਟੀ ਵਾਲੇ ਬੰਦੇ ਤੋਂ ਵੀ ਕਰਾ ਸਕਦੇ ਹਾਂ ਖੁਦ ਵੀ ਕਰ ਸਕਦੇ ਹਾਂ ਤੇ ਓਬਵੀਅਸਲੀ ਸੋ ਖਾ ਹੀ ਕੰਮ ਹੈ ਸੋ ਅਗਲਾ ਕਹਿੰਦਾ ਪੋ ਫਾਰੇ ਅਨਕੇ ਇੰਪੋਰਟਾਂਤੀ ਰਿਪਾਰਾਜ਼ੋਨੀ ਵੀ ਜੇ ਲਾ ਡਰਾਈਵਰ ਹੈ ਉਹ ਇੰਪੋਰਟੈਂਟ ਜਿਹੜੀ ਕਈ ਵੀ ਖਾਸ ਤਰੀਕੇ ਜਿਹੜੀ ਰਿਪੇਅਰ ਹੁੰਦੀ ਹੈ ਮੋਟਰ ਦੀ ਉਹ ਵੀ ਕਰ ਸਕਦਾ ਹੈ ਬਸ਼ਰਤੇ ਪੁਰਕੇ ਬਸ਼ਰ ਕਿਸੇ ਐਨ ਪੋਸੈਸੋ ਅਲਮੈਨੋ ਡਿਪਲੋਮਾ ਡੀ ਪੇਰੀਟੋ ਮੈਕਾਨੀਕੋ ਬਿਓ ਦੇ ਕੋਲ ਪੇਰੀਟੋ ਮੈਕਾਨੀਕੋ ਦਾ ਸਰਟੀਫਿਕੇਟ ਹੋਵੇ ਡਿਪਲੋਮਾ ਹੋਵੇ ਘਟੋ ਘਟ ਠੀਕ ਹੈ ਸੋ ਉਹ ਆਪਣੇ ਆਪ ਹੀ ਆਪਣੇ ਸਾਰੇ ਕੰਮ ਕਰ ਸਕਦਾ ਰਿਪੇਅਰ ਕਰ ਸਕਦਾ ਕੰਟੀਨੂ ਸੋ ਫਾਲਸੋ ਐਸਾ ਕੁਝ ਨਹੀਂ ਹੈਗਾ ਸਪੈਸ਼ਲ ਵਰਕਸ਼ਾਪ ਨੂੰ ਅਥਾਰਟੀ ਮਿਲੀ ਹੁੰਦੀ ਹੈ ਉੱਥੋਂ ਹੀ ਆਪਾਂ ਕਰਵਾ ਸਕਦੇ ਹਾਂ ਇਨ ਕਾਸੋ ਦੀ ਗਵਾਸਟੋ ਵਾਲੀ ਆਰਗਾਨੀ ਟ੍ਰਾਂਸਮਿਸ਼ਨੇ ਠੀਕ ਹੈ ਆਰਗਾਨੀ ਟ੍ਰਾਂਸਮਿਸ਼ਨੇ ਆਪਣੇ ਖਰਾਬ ਹੋ ਗਏ ਨਾ ਉਦੋਂ ਕੀ ਅੰਦਾ ਪਿਆ ਲਾਰਿਪਾਰਾਸੀਓਨੇ ਪੋ ਐਸੇਰੇ ਐਫੇਟੂਆਤਾ ਡੇ ਰ ਕਿਹੜਾ ਡਰਾਈਵਰ ਉਹਦੇ ਕੋਲ ਪਤਾ ਇੰਤੇ ਹੋਵੇ CPU A ਤੇ DPU A ਮਤਲਬ ਕਿ DE ਜਾਂ CE ਟਾਈਪ ਦਾ ਆਪਣੇ ਕੋਲ ਪਤਾ ਇੰਤੇ ਹੋਵੇ ਫਾਲਸੋ ਪਤਾ ਇੰਤੇ ਤੇ ਗੱਡੀ ਠੀਕ ਨਾ ਦੋ ਨਾਚ ਬਹੁਤ ਫਰਕ ਹੈ ਇਹ ਕੰਮ ਵੀ ਉਹਦਾ ਲੋਲਿਓ ਦੀ ਉਨ ਆਟੋਕਾਰੋ ਦੀ ਮਾਸਾ ਕੰਪਲੇਸਿਵਾ ਪੀਨੋ ਕਾਰੀ ਕੋ ਸੁਪੇਰੀਓਰਾ 7.5 ਟਨਲਾਟੇ ਦੋਟਾਤੇ ਦੀ ਮੋਟੋਰੇ ਡੀਜ਼ਲ ਪੋ ਐਸਰੇ ਫੇਟੂਆਤੇ ਸੋਲੋ ਇਨ ਉਨ ਓਫੀਸੀਨਾ ਸਪੇਸ਼ੀਅਲਿਜ਼ਾਤਾ ਕਿ ਅਦਾ ਤੇਲ ਬਦਲਣਾ ਇੱਕ ਟਰੱਕ ਦਾ ਜਿਹਦਾ ਵਜ਼ਨ 7.5 ਟਨ ਤੋਂ ਜ਼ਿਆਦਾ ਹੈ ਤੇ ਮੋਟਰ ਡੀਜ਼ਲ ਆ ਕਹਿੰਦਾ ਉਹਨੂੰ ਸਿਰਫ ਵਰਕਸ਼ਾਪ ਤੋਂ ਹੀ ਕਰਵਾਇਆ ਜਾਂਦਾ ਸੋ ਫਾਲਸੋ ਤੇਲ ਆਪਾਂ ਬਣ ਸਕਦੇ ਆ ਖੁਦ ਹੀ 370 ਖਤਮ ਤੇ ਆਪਣੀ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਕਰਦੇ ਹਾਂ ਹੁਣ ਗੱਲ ਕਰਦੇ ਆ ਪਿਛਲੀ ਵੀਡੀਓ 'ਚ ਪੁੱਛੇ ਗਿਆ ਸਵਾਲ ਤੋਂ ਨਵੇਂ ਸਵਾਲ ਸੋ ਜੀ 155 ਨੰਬਰ ਪੇਜ 'ਤੇ ਮੈਂ ਸਵਾਲ ਪੁੱਛਿਆ ਸੀ ਜਿਹੜਾ ਕਿ ਸੀ ਇੱਕ ਟ੍ਰਾਂਸਪੋਰਟੋ ਵੇਨੇ ਦੀ ਨੋਰਮਾ ਦੇਫਿਨਿਟੋ ਇਨ ਕੋਂਡੀਜ਼ਿਓਨੇ ਦੀ ਐਕਸੈਪਸ਼ਨਾਲੀਤਾ ਮਤਲਬ ਕਿ ਐਕਸੈਪਸ਼ਨਾਲੀਤਾ ਕਿਸੇ ਟ੍ਰਾਂਸਪੋਰਟ ਨੂੰ ਕਿਵੇਂ ਕਿਹਾ ਜਾਂਦਾ ਉਹਦੇ ਬਾਰੇ ਵੇਖਣਾ ਉਹਦੀ ਡੈਫੀਨੇਸ਼ਨ ਕੀ ਆ ਕਵਾਂਡ ਔਇਲ ਕਾਰੀ ਕੋ ਜੇਕਰ ਜਿਹੜਾ ਸਮਾਨ ਲੋਡ ਕੀਤਾ ਹੋਇਆ ਆਪ ਜੇਕਰ ਗੱਡੀ ਦੀ ਬੋਡੀ ਤੋਂ ਅੱਗੇ ਜ਼ਿਆਦਾ ਵੱਧ ਜੇ ਸਮਾਨ ਬਹੁਤ ਵੱਡਾ ਸਮਾਨ ਨੇ ਜਿਹੜਾ ਅੱਗੇ ਅੱਗੇ ਵੱਧ ਗਿਆ ਤੇ ਬਹੁਤ ਜ਼ਿਆਦਾ ਹੱਦ ਤੱਕ ਅੱਗੇ ਸਮਾਨ ਵੱਧ ਗਿਆ ਆਪਣੀ ਜਿਹੜੀ ਗੱਡੀ ਆ ਉਹਦੀ ਬੋਡੀ ਸ਼ੇਪ ਤੋਂ ਸੋ ਉਹਨੂੰ ਕੀ ਕਿਹਾ ਜਾਂਦਾ ਇੱਕ ਐਸਾ ਸਮਾਨ ਜਿਹੜਾ ਕਿ ਇਹ ਚਿੱਚਿਓ ਨਾਲੀ ਦਾ ਵਿੱਚ ਆਉਂਦਾ ਠੀਕ ਹੈ ਸੋ ਫਿਰ ਅਸੀਂ ਹੁਣ ਕਰ ਕਰਕੇ ਦੂਸਰੇ ਸਵਾਲ ਦੀ ਸੋ ਜੇ ਐਸੀ ਮੇਰਾ ਦੂਸਰਾ ਸਵਾਲ ਇੱਕ ਸਪੀਆ ਲੱਗਾ ਹੁੰਦਾ ਕਹਿੰਦਾ ਕ੍ਰੁਸਕੋਟ ਤੋਂ ਉੱਤੇ ਜਿਹੜਾ ਕਿ ਡਰਾਈਵਰ ਨੂੰ ਚੇਤਾਵਨੀ ਦਿੰਦਾ ਵਾਰਨਿੰਗ ਦਿੰਦਾ ਕਿ ਜਦੋਂ ਟਾਇਰ ਜਿਹੜੇ ਨੇ ਉਹਨਾਂ ਨੂੰ ਬਦਲਣਾ ਚਾਹੀਦਾ ਸੋ ਫਾਲਸੋ ਐਸੀ ਕੋਈ ਸਪੀਆ ਨਹੀਂ ਲੱਗਾ ਹ ਉਹਦੇ ਸਿਰਫ ਔਰ ਸਿਰਫ ਇੱਕ 32 ਤਰ੍ਹਾਂ ਦੇ ਨੀਚੇ ਇੱਕ ਕਈ ਬੇ ਇੱਕ ਲੈਵਲ ਜਿਹਾ ਲੱਗਾ ਹੁੰਦਾ ਜਿੱਦਾਂ ਆਪਾਂ ਨੂੰ ਆਪਨੇ ਹੁੰਦੇ ਆਪਣੇ ਟਾਇਰ ਸੋ ਫਾਲਸੋ ਇਹ ਵਾਲਾ ਇੱਕ ਵੇਰੋ ਤੇ ਇੱਕ ਫਾਲਸੋ ਤੇ ਹੁਣ ਗੱਲ ਕਰਨੇ ਆਪਨੇ ਅੱਜ ਦੀ ਵੀਡੀਓ ਦੇ ਸਵਾਲਾਂ ਦੀ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਿਹਨੇ ਹਾਲ ਤੱਕ ਨਹੀਂ ਕੀਤਾ ਜਰੂਰ ਕਰ ਦੇਣ ਵੀਡੀਓ ਨੂੰ ਲਾਈਕ ਜਿਹਨੇ ਹਾਲ ਤੱਕ ਨਹੀਂ ਕੀਤਾ ਜਰੂਰ ਕਰ ਦੇਣ ਸੋ ਕੱਲ ਦੀ ਵੀਡੀਓ ਵਿੱਚ ਆਪਾਂ ਖਤਮ ਕਰਾਂਗੇ ਆਪਣਾ ਇਹ 15ਵੇਂ ਚੈਪਟਰ ਵਾਲਾ ਇੱਕ ਪੇਜ ਜਿਹੜਾ ਮੈਂ ਤੁਹਾਨੂੰ ਸ਼ੋਅ ਵਿੱਚ ਦੱਸਿਆ ਸੀ ਕਿ ਰਹਿ ਗਿਆ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਅਗਲੀ ਵੀਡੀਓ ਵਿੱਚ ਇਸ ਵੀਡੀਓ ਵਿੱਚ ਮੇਰੀ ਕੋ ਕਰਣੀ ਹੋਇਆ ਕਿਉਂਕ